ਪਕੜਿਆ ਕਲ ਯੁਗ ਅੰਦਰ ਜੋ ਜਗਾਈ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਕਮਾਈ ਸਾਗੋਰ ਮਤ ਪਾਗੀ
ਮੱਥੇ ਤੇ ਕਰਮ ਹੈ ਨਾ ਇਹ ਕਰਮ ਲੇਖ ਸਭ ਥੱਲੇ ਰਹਿ ਜਾਂਦੇ ਧਿਆਨ ਨਾਲ ਸੁਣਿਓ ਅਗਲੀ ਪੰਕਤੀ ਪਹਿਲੀ ਤਰਨ ਸਵਨਣੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹੇਲੜੇ ਥੀਏ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਆਏ ਗੁਰੂ ਨਾਨਕ ਸਾਡਾ ਕਹਿੰਦੇ ਇੱਕ ਗੁਰੂ ਨਾਨਕ ਤੁੱਠ ਪਵੇ ਲੇਖ ਕਰਮ ਸਭ ਥੱਲੇ ਰਹਿ ਜਾਂਦੇ ਜਿਹੜੇ ਕੰਮ ਨੂੰ ਹੱਥ ਪਾਏਗਾ ਸਿੱਧਾ ਹੀ ਪਏ ਗੱਜ ਕੇ ਆਖੋ ਸਾਹਿਬ ਗੁਰ ਨਾਰਾਇਣ ਦੈ ਗੁਰ ਗੁਰ ਸੱਚਾ ਸਿਰਜਣ ਹਾਰ ਹੁਣ ਅਗਲੀ ਪੰਕਤੀ ਕੀ ਜੀ ਗੁਰ ਤੁੱਠੇ ਸਭ ਕੁਛ ਮਾਇਆ ਇਹਦਾ ਮਤਲਬ ਕਰਮਾਂ ਤੋਂ ਉੱਤੇ ਹੈ ਗੁਰੂ ਨਾਨਕ ਦੀ ਤੁੱਠਣਾ ਗੱਜ ਕੇ ਆਖੋ ਸਰ ਗੁਰ ਨਾਰਾਇਣ ਦੈ ਗੁਰ ਗੁਰ ਸੱਚਾ ਸਿਰਜਣ ਹਾਰ ਗੁਰ ਤੁੱਠੇ ਸਭ ਕੁਛ ਪਾਇਆ ਜਨ ਨਾਨਕ ਸਤਿਬਲਿਹਾਰ ਤਰਨ ਸਵਨਣੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉੱਠਾ ਉਹ ਸਭੇ ਕਾਜ ਸੁਹੇਲੜੇ ਥੀਏ ਸੁਹੇਲੜੇ ਥੀਏ ਸੁਹੇਲੜੇ ਥੀਏ ਸਾਰੇ ਕੰਮ ਤੇਰੇ ਸਿੱਧੇ ਪੈ ਜਾਣਗੇ ਗੁਰੂ ਨਾਨਕ ਸਤਿਗੁਰ ਤੁਠਾ ਐਸਾ ਗੁਰ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ। ਇਹ ਇੱਕ ਅੰਦਰ ਖਾਨਾ ਰੱਖੋ, ਬੜਾ ਜ਼ਰੂਰੀ ਹੈ। ਗੁਰੂ ਨਾਨਕ ਦੀ ਬਖਸ਼ਿਸ਼ ਕਰਮਾਂ ਤੋਂ ਵੱਡੀ ਨਹੀਂ, ਤੇ ਆ ਸ਼ਬਦ ਉਚਾਰਨ ਨਾ ਹੁੰਦੇ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੋ ਚੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਦਿਆਲ ਤਾਂ ਵੱਡੀ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਗਾ, ਸਤਿਗੁਰ ਹੋਏ ਦਿਆਲ ਤਾਂ ਸਦਗੀ ਸੁੱਖ ਦੇਗਾ, ਸਤਿਗੁਰ ਹੋਏ ਦਿਆਲ ਤਾਂ ਨਵਨਿਤ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਐਸਾ ਗੁਰ ਵਡਭਾਗੀ। ਇੱਕ ਵਾਰੀ ਦਾਸ ਕੀਰਤਨ ਕਰਨ ਜਾ ਰਿਹਾ ਸੀ ਕਾਰ ਵਿੱਚ, ਡਰਾਈਵਰ ਸੀਟ ਦੇ ਮੈਂ ਨਾਲ ਬੈਠਾ ਸਾਂ, ਤੇ ਸਾਡੇ ਸਾਹਮਣੇ ਇੱਕ ਟਰੱਕ ਜਾ ਰਿਹਾ ਸੀ। ਉਹ ਟਰੱਕ ਦੇ ਪਿੱਛੇ ਜੋ ਲਿਖਿਆ ਸੀ, ਅਸੀਂ ਸਾਡੀ ਕਾਰ ਟਰੱਕ ਦੇ ਮਗਰ ਸੀ, ਤੇ ਪੜ੍ਹਿਆ ਜਾਂਦਾ ਉਹ ਟਰੱਕ ਦੇ ਮਗਰ ਲਿਖਿਆ ਸੀ, ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ, ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਉਹ ਮੈਂ ਜੀ ਪੜ੍ਹਿਆ, ਤੇ ਜਿਵੇਂ ਕੋਈ ਬੰਦਾ ਕੋਈ ਗੱਲ ਕਿਤੇ ਪੜ੍ਹਦਾ ਫਿਰ ਸੋਚਦਾ ਇਹਦੇ ਬਾਰੇ, ਉਹ ਪੜ੍ਹ ਕੇ ਮੈਂ ਇੱਧਰ ਮਿਲਿਆ ਗੁਰੂ ਨਾਨਕ ਦੇ ਘਰ ਆ। ਇਹ ਠੀਕ ਲਿਖਿਆ, ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਜਦੋਂ ਇੱਧਰ ਧਾਤੀ ਮਾਰੀ ਮੈਂ ਕਿਹਾ ਵੀ ਗੁਰੂ ਨਾਨਕ ਦਾ ਘਰ ਇੰਨਾ ਵੱਡਾ ਹੈ, ਗੁਰੂ ਨਾਨਕ ਮਿਹਰਬਾਨ ਹੋ ਜੇ, ਮਿਹਰਬਾਨ ਹੋ ਜੇ, ਸਮੇਂ ਤੋਂ ਪਹਿਲਾਂ ਵੀ ਮਿਲ ਸਕਦਾ ਤੇ ਕਰਮਾਂ ਤੋਂ ਬਿਨਾਂ ਵੀ ਮਿਲ ਸਕਦਾ। ਗੱਜ ਕੇ ਆਖੋ ਸਤਿਗੁਰ। ਇਹਨੂੰ ਲੰਬਾ ਨਹੀਂ ਲੈਣਾ। ਮਾਤਾ ਸੁਲੱਖਣੀ ਜੀ ਦਾ ਇਤਿਹਾਸ ਸਾਹਮਣੇ ਲੈ ਆਓ। ਉਹਨੇ ਕਿਹਾ ਸੀ ਮਹਾਰਾਜ ਪੁੱਤਰ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਨੇ ਕਿਹਾ ਸੀ ਤੇਰੇ ਕਰਮਾਂ 'ਚ ਨਹੀਂ ਲਿਖੇ। ਹੁਣ ਉਹ ਤਾਂ ਚਲੀ ਗਈ ਉਦਾਸ ਹੋ ਕੇ, ਕਿਸੇ ਲਿਖਿਆ ਬਾਹਰ ਭਾਈ ਗੁਰਦਾਸ ਜੀ ਮਿਲੇ, ਕਿਸੇ ਲਿਖਿਆ ਬਾਬਾ ਬੁੱਢਾ ਸਾਹਿਬ ਮਿਲੇ, ਵੀ ਚਿਹਰਾ ਲੱਤੇ ਆ ਦੱਸਿਆ ਸਤਿਗੁਰ ਨੇ ਕਿਹਾ ਤਾਂ ਤੇਰੇ ਕਰਮਾਂ 'ਚ ਨਹੀਂ। ਹੁਣ ਉਹਨਾਂ ਦੀ ਬੈਟਰੀ ਚਾਰ ਹੀ ਸੀ, ਉਹ ਰੰਗੇ ਪਏ ਸੀ। ਉਹ ਕਹਿੰਦੇ ਬੀਬੀ ਗੁਰੂ ਸਾਹਿਬ ਨੇ ਕਹਿ ਤਾ ਕਰਮਾਂ 'ਚ ਨਹੀਂ ਤੇ ਆ ਗਈ। ਉਹਨੇ ਕੀ ਜਵਾਬ ਦਿੱਤਾ? ਕਹਿੰਦੀ ਮੇਰੇ ਕਰਮਾਂ 'ਚ ਨਹੀਂ ਤੇ ਗੁਰੂ ਕੀ ਕਰੇਗਾ? ਆਖੋ ਸਤਿਗੁਰ। ਮੇਰੇ ਕਰਮਾਂ 'ਚ ਨਹੀਂ ਤੇ ਗੁਰੂ, ਉਹ ਫਿਰ ਕਹਿਣ ਲੱਗੇ ਭੋਲੀਏ ਦੁਬਾਰਾ ਜਾ, ਦੁਬਾਰਾ ਜਾ ਕੇ ਬੇਨਤੀ ਕਰ, ਲਿਖਣ ਵਾਲੇ ਤੇ ਤੁਸੀਂ ਹੋਈ ਹੋ, ਲਿਖਣ ਵਾਲੇ ਤੇ ਤੁਸੀਂ ਹੋਈ ਹੋ, ਉੱਥੇ ਕਰਮਾਂ ਕਰਕੇ ਨਹੀਂ ਲਿਖਿਆ, ਇੱਥੇ ਬਖਸ਼ਿਸ਼ ਕਰਕੇ ਲਿਖ ਦਿਓ। ਆਖੋ ਸਤਿਗੁਰ। ਹੁਣ ਉਹ ਮਾਤਾ ਸੁਲੱਖਣੀ ਦੇ ਵਿਹੜੇ ਵਿੱਚ ਸੱਤ ਪੁੱਤਰ ਖੇਡੇ, ਦੁਬਾਰਾ ਗਈ ਮਹਾਰਾਜ ਨੇ ਉਹੀ ਕਿਹਾ ਤੂੰ ਅੱਗੇ ਆਈ ਤੇ ਨਹੀਂ, ਤੈਨੂੰ ਕਿਹਾ ਕਰਮਾਂ 'ਚ ਨਹੀਂ, ਹੁਣ ਪਿੱਛੋਂ ਬੈਟਰੀ 'ਚ ਆ ਰਹੀ ਸੀ। ਉਹ ਫਿਰ ਕਹਿਤਾ ਵੀ ਮਹਾਰਾਜ ਕਰਮ ਤਾਂ ਤੁਹਾਡੇ ਕੋਲ ਹੀ ਹੈ, ਕਰਮ ਤਾਂ ਤੁਹਾਡੇ ਕੋਲ ਹੀ ਹੈ, ਕਰਮਾਂ ਕਰਕੇ ਨਹੀਂ ਉੱਥੇ ਤੇ ਹੁਣ ਬਖਸ਼ਿਸ਼ ਕਰਕੇ ਤੁੱਠ ਕੇ ਇੱਥੇ। ਮਹਾਰਾਜ ਸਮਝ ਗਏ ਕਿਸੇ ਜੁਗਤੀ ਵਾਲੇ ਦਾ ਸੰਗ ਹੋ ਗਿਆ। ਆਖੋ ਸਤਨਾਮ। ਕਿਸੇ ਜੁਗਤੀ ਵਾਲੇ ਦਾ ਸੰਗ ਹੋ ਗਿਆ। ਹੁਣ ਤੁਸੀਂ ਸੰਗਤ ਦੱਸੋ,
ਸੱਤ ਪੁੱਤਰ ਉਹਦੇ ਵਿਹੜੇ ਚ ਖੇਡੇ, ਉਹ ਕਰਮਾਂ ਚੋਂ ਖੇਡੇ ਕਿ ਉਹ ਸੱਤ ਪੁੱਤਰ ਕਰਮਾਂ ਚੋਂ ਖੇਡੇ? ਨਹੀਂ, ਗੁਰੂ ਨਾਨਕ ਦੇ ਘਰ ਦੀ ਦਿਆਲਤਾ ਚੋਂ ਖੇਡੇ ਗੱਜ ਕੇ ਆਖੋ ਸਤਿਨਾਮ, ਗੁਰੂ ਨਾਨਕ ਦੀ ਘਰ ਦੀ ਬਖਸ਼ਿਸ਼ ਚੋਂ ਖੇਡੇ। ਉਸ ਕਰਕੇ ਉਹ ਮੈਂ ਟਰੱਕ ਤੇ ਪੜਿਆ ਨਾ, ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਮੈਂ ਕਿਹਾ ਇਹ ਕਿਸੇ ਆਮ ਬੰਦੇ ਲਈ ਹੋਏਗਾ, ਇਹ ਕਿਸੇ ਮਨਮੁਖ ਲਈ ਹੋਏਗਾ, ਕਿਸੇ ਹੋਰ ਵਾਸਤੇ ਹੋਏਗਾ। ਜਿਹੜਾ ਗੁਰੂ ਦਾ ਸਿੱਖ ਵਿਕ ਜਾਵੇ ਆਪਣੇ ਗੁਰੂ ਦੇ ਅੱਗੇ, ਇਹ ਉਹਦੇ ਲਈ ਨਹੀਂ, ਜਿਹੜਾ ਵਿਕਿਆ ਹੋਵੇ ਗੁਰੂ ਕੋਲੋਂ ਲਾਡ ਵਿੱਚ ਸਮੇਂ ਤੋਂ ਪਹਿਲਾਂ ਵੀ ਤੇ ਕਰਮਾਂ ਤੋਂ ਬਿਨਾਂ ਵੀ ਲੈ ਸਕਦਾ। ਤਰਨ ਸੁਮਨੜੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੁਹੇ ਲੜੇ ਥੀਏ ਗੁਰ ਨਾਨਕ ਸਤ ਗੁਰ ਤੁਠਾ, ਗੁਰ ਨਾਨਕ ਸਤ ਗੁਰ ਤੁਠਾ, ਗੁਰ ਨਾਨਕ ਸਤ ਗੁਰ ਤੁਠਾ, ਗੁਰ ਨਾਨਕ ਸਤ ਗੁਰ ਤੁਠਾ। ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੇ ਭਾਣ, ਉਹ ਗੁਜੀ ਛਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ, ਐਸਾ ਗੁਰ ਵਡ ਭਾਗੀ ਪਾਇਆ। ਮੈਂ ਛੋਟੇ ਹੁੰਦਿਆਂ ਕਥਾ ਸੁਣੀ ਸੀ, ਬੜਾ ਚਿਰ ਹੋ ਗਿਆ ਮੈਨੂੰ ਭੁੱਲੀ ਹੈ ਵੈਸੇ, ਕਿ ਇੱਕ ਚਿਖਾ ਬਲ ਰਹੀ ਸੀ, ਚਿਖਾ ਜਿਹ ਚਿਖਾ ਸੀ ਨਾ, ਜਮਦੂਤ ਲੈਣ ਆਏ ਸੀ ਤੇ ਕਹਿੰਦੇ ਉਹਨੇ ਚਿਰ ਨੂੰ ਦੇਵਗਣ ਆ ਗਏ ਲੈਣ, ਜਮਦੂਤੋਂ ਜਾਓ ਹੁਣ ਸਾਨੂੰ ਆਰਡਰ ਹੋ ਗਿਆ। ਉਹ ਕਹਿੰਦੇ ਨਹੀਂ, ਇਹਨੇ ਤੇ ਚੰਗਾ ਕਰਮ ਹੀ ਕੋਈ ਨਹੀਂ ਕੀਤਾ, ਸਾਨੂੰ ਕਵੇ ਇਹਨੂੰ ਲਿਆਉਣ ਦਾ। ਦੇਵਤੇ ਕਹਿਣ ਲੱਗੇ ਨਹੀਂ, ਹੁਣ ਆਰਡਰ ਸਾਨੂੰ ਹੋ ਗਿਆ। ਉਹ ਕਹਿੰਦੇ ਉਹ ਕਿਉਂ? ਕਹਿੰਦੇ ਆਪ ਨਿਰੰਕਾਰ ਗੁਰੂ ਨਾਨਕ ਦੇ ਰੂਪ 'ਚ ਆਏ ਨੇ ਧਰਤੀ 'ਤੇ, ਅਤੇ ਗੱਲ ਕਰਦੇ ਕਰਦੇ ਗੁਰੂ ਨਾਨਕ ਦੀ ਸਿਰਫ ਉਂਗਲ ਹੋ ਗਈ ਚਿਖਾ ਵੱਲ। ਆਖੋ ਸਤਿਨਾਮ। ਇਹ ਲੰਬੀ ਕਥਾ, ਮਹਾਰਾਜ ਨੇ ਕਿਹਾ ਸੀ ਉੱਥੋਂ ਅੱਗ ਲੈ ਆਓ, ਉੱਥੋਂ ਅੱਗ ਲੈ ਆਓ। ਉਹ ਕਹਿੰਦੇ ਸਿਰਫ ਉਂਗਲ ਹੋ ਗਈ, ਸਿਰਫ ਗੱਲ ਦਾ ਮੂਲ ਭਾਵ ਲੈਣਾ। ਉਹ ਕਹਿੰਦੇ ਵੀ ਆਪ ਪਰਮੇਸ਼ਰ ਧਰਤੀ 'ਤੇ ਆਏ ਗੁਰੂ ਨਾਨਕ ਦੇ ਰੂਪ, ਉਹਦੀ ਮਹਾਰਾਜ ਦੀ ਸਿਰਫ ਉਂਗਲ ਹੋ ਗਈ, ਉਂਗਲ ਹੋਣ ਨਾਲ ਇਹਦੇ ਸਾਰੇ ਪਾਪ ਧੋਤੇ ਗਏ, ਤੁਸੀਂ ਨਹੀਂ ਹੁਣ ਅਸੀਂ ਖੜਨਾ ਪਾਲਕੀ 'ਚ ਭਾ ਗਏ। ਆਪੋ ਸਾਹ ਇਹਨੂੰ ਕੀ ਕਹੋਗੇ? ਇਹ ਜਿਹੜੇ ਮੱਥੇ 'ਤੇ ਕਰਮ ਲਿਖੇ ਨੇ ਹੈ ਨੇ, ਪਰ ਇੰਨਾ ਕੁ ਵਿਲ ਪਾਵਰ ਨਾਲ ਜੁੜਨਾ ਗੁਰੂ ਗ੍ਰੰਥ ਸਾਹਿਬ ਨਾਲ, ਇੰਨਾ ਕੁ ਵਿਲ ਪਾਵਰ ਨਾਲ ਜੁੜਨਾ ਗੁਰੂ ਨਾਨਕ ਦੇ ਘਰ ਨਾਲ, ਇਹਨਾਂ ਕਰਮਾਂ ਤੋਂ ਉੱਤੇ ਹੈ ਗੁਰੂ ਨਾਨਕ ਦੀ ਦਿਆਲਤਾ। ਆਖੋ ਸਤਿਨਾਮ। ਗੁਰੂ ਨਾਨਕ ਦੀ ਬਖਸ਼ਿਸ਼। ਅਤੇ ਕਿਸੇ ਨੂੰ ਨਾ ਵਿਸ਼ਵਾਸ ਆਵੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੌਣ ਹੈ? ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਆਪ ਕਹਿੰਦੀ ਹੈ, ਸੁਣਿਓ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ, ਮਨ ਤਨ ਭਏ ਅਰੋਗਾ। ਠੀਕ ਹੋ ਗਿਆ ਜੀ ਇੱਕ ਪੰਕਤੀ? ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਸਿਮਰਨ ਕਰ, ਮਨ ਵੀ ਅਰੋਗ, ਤਨ ਵੀ ਅਰੋਗ। ਹੁਣ ਅਗਲੀ ਪੰਕਤੀ 'ਚ ਵੇਖੋ, ਬਦਲਦੇ ਕਿ ਨਹੀਂ? ਗੁਰਬਾਣੀ ਕਹਿ ਰਹੀ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ,
प्रगटे भले संजोगा प्रगटे हूँ गुरबाणी नहीं तो कोई गुरबाणी नहीं कोई कट कर सकता गुरबाणी ने मनिया कि अमृत वेले अगर तू अपना सिमरन बंदगी बनावे तेरे माड़े लेख मिट जाणगे भले लेख प्रगट हो जाणगे आखो साधना कर इशनान सिमर प्रभ अपना मन तन भय रोगा कोट विघन लाथे प्रभ सरणा ते प्रगटे भले तेरे भले संजोग प्रगट हो जाणगे दूजे लेख मिट जाणगे गुरु नानक दी दयालता लेखां तो वड्डी कह दिओ गज के सतनाम कह दिओ ऐसा गुर वड समाधियां सुखमनी साहब जी का पाठ करने वाले बैठे गुरु नानक कितना वड्डा है मैं एक पौड़ी बोलन लगा जी भी के इक्की दातां ने और तुसी दस भी लख रुपया भी हाथ च लै लो दिल्ली जमुना पार इलाके विच कवो ओ दात मुल मिल जे मुल नहीं मिलती आखो सतनाम सारिया मिल जांदियां किवें पहले दाता सुन लो पढ़ते रोज हो तुसी अज जरा गौर ना पढ़े खेम शांत सुमनी साहब की पौड़ी है रिद नव निद खेम शांत रिद नव निद खेम खेड़ा दसो दिल्ली जमुना पार वाले दस लख लै के बाजार किसी ने को खेड़ा मुल मिल जाए नहीं मिलता आखो साधना कई जगह खेम के अर्थ किए ने खेमा का सुभा मुल नहीं मिलता हूँ अगला लफज की सी खेम शांत शांति मुल मिलती मुल नहीं मिलती दो चार लख हाथ से लैके किसी को कहो मैं शांति मुल दे खेम शांत रिद नव निद ये की होंगी जी पता जी रिद नव निद की होंगे बड़े ध्यान सुने रिद नव निद ये है मान लो हुण तो छे घंटे बाद अठ घंटे बाद चौबी घंटे बाद तुहानू कुछ लोड़ है तुसी इन्ना क नेड़े गुरु दे हो गए हो
ਜਿਹੜੀ ਚੀਜ਼ ਕੱਲ ਲੋੜ ਹੈ, 10 ਘੰਟੇ ਬਾਅਦ ਲੋੜ ਹੈ, ਉਹਦੇ ਪ੍ਰਬੰਧ ਗੁਰੂ ਤੁਹਾਡੇ ਵਾਸਤੇ ਪਹਿਲਾਂ ਹੀ ਕਰਨੇ ਸ਼ੁਰੂ ਕਰ ਦਿੰਦੇ। ਆਖੋ ਸਤਨਾਮ, ਉਹਦੇ ਪ੍ਰਬੰਧ ਪਹਿਲਾਂ ਹੀ ਸ਼ੁਰੂ ਹੋ ਜਾਂਦੇ। ਉਹਨੂੰ ਕਹਿੰਦੇ ਰਿੱਧ ਨਮਨਿਧ, ਰਿੱਧੀਆਂ ਸਿੱਧੀਆਂ ਮਗਰ ਲੱਗੀਆਂ ਫਿਰਦੀਆਂ, ਕਹਿ ਦਿਓ ਗੱਜ ਕੇ ਸਤਿ। ਹੁਣ ਇਹ ਜਿਹੜੀ ਮੈਂ ਗੱਲ ਕਹੀ ਹੈ ਨਾ, ਕੋਈ ਚੀਜ਼ ਕੱਲ ਲੋੜ ਹੈ, ਕੋਈ ਚੀਜ਼ 10 ਘੰਟੇ ਬਾਅਦ ਲੋੜ ਹੈ, ਉਹਦੇ ਪ੍ਰਬੰਧ ਗੁਰੂ ਨਾਨਕ ਪਹਿਲੇ ਹੀ। ਇਹਨੂੰ ਤੁਸੀਂ ਸਾਰੇ ਅਨੁਭਵ ਨਹੀਂ ਕਰ ਸਕੋਗੇ, ਇਹਨੂੰ ਅਨੁਭਵ ਕਰ ਸਕਦੇ ਹੈ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ। ਆਖੋ ਸਤਨਾਮ, ਚੋਲਾ ਬਦਲ ਚੁੱਕੇ। ਦੋ ਹਜ਼ਾਰ ਬੋਰੀ ਦਾ ਲੈਂਟਰ ਪੈਣਾ, ਅੰਦਰ 500 ਬੋਰੀ ਹੈ, ਤੇ ਕੱਲ 2000 ਲੋੜ ਹੈ। ਇਹ ਕਦੀ ਪੁੱਛੋ ਜਿਹੜੇ ਆਪਣੇ ਸੁੱਖਾਂ ਤੋਂ ਬਸ ਗੁਰੂ ਦੇ ਰੰਗ 'ਚ ਰੰਗੇ ਗਏ ਆ, ਉਹ ਜਦੋਂ ਕੋਈ ਪ੍ਰੇਮੀ ਆਉਂਦਾ ਨਾ ਜੀ, ਪੋਲਾ ਜਾ ਜੇਬ 'ਚ ਪਾ ਦਿੰਦਾ, ਮਹਾਂਪੁਰਸ਼ੋ 500 ਬੋਰੀ ਦੀ ਸੇਵਾ। ਆਖੋ ਸਤਨਾਮ, ਉਹ ਕੌਣ ਭੇਜ ਰਿਹਾ ਵਿੱਚ, ਕੋਈ ਹੈ? ਇਹਨੂੰ ਕਹਿੰਦੇ ਰਿੱਧ ਨਮ ਨਿੱਧ, ਕਹਿ ਦਿਓ ਗੱਜ ਕੇ ਸਾਥ। ਇਹ ਰਿੱਧ ਨਮ ਤੁਹਾਡੇ ਪ੍ਰਬੰਧ ਦਾ ਫਿਕਰ ਉਹਨੂੰ ਪੈ ਜਾਂਦਾ, ਆ ਹੈ ਰਿੱਧ ਨਮ। ਨਿੱਕੀ ਜੀ ਗੱਲ ਆਈ ਮੇਰੇ ਅੱਗੇ, ਜਿਹੜਾ ਸਾਡਾ ਨਾਂ ਪਿਆ ਨਾ ਗੁਰਕਬਾਲ ਸਿੰਘ ਬੀਬੀ ਕੌਲਾਂ ਵਾਲੇ, ਇਹ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਦੀ ਕਾਰ ਸੇਵਾ ਝੋਲੀ 'ਚ ਪਈ ਸੀ। ਕਾਰ ਸੇਵਾ ਉਦੋਂ ਟੋੜਾ ਸਾਹਿਬ ਪ੍ਰਧਾਨ ਹੁੰਦੇ ਸੀ, ਗੁਰਚਰਨ ਸਿੰਘ ਟੋੜਾ। ਉਹ ਜਦੋਂ ਸਾਲ ਹੋ ਗਿਆ ਨਾ ਜੀ, 6 ਮਹੀਨੇ ਕਿ 8 ਮਹੀਨੇ ਸੇਵਾ ਚੱਲਦੀ ਪਈ, ਸਾਡੇ ਘਰ ਦੇ 2 ਘਰ ਛੱਡ ਕੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਮਹਾਂਪੁਰਸ਼, ਗਿਆਨੀ ਸੰਤ ਸਿੰਘ ਮਸਕੀਨ, ਉਹਨਾਂ ਦੇ ਅਸਥਾਨ 'ਤੇ ਰੁਕਦੇ ਸੀ ਜਦੋਂ ਅੰਮ੍ਰਿਤਸਰ ਕਥਾ ਕਰਦੇ ਸੀ ਨਾ 10-15 ਦਿਨ ਲਗਾਤਾਰ ਮੰਜੀ ਸਾਹਿਬ, ਉੱਥੇ ਰੁਕਦੇ ਸੀ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ। ਹੁਣ ਚੋਲਾ ਬਦਲ ਚੁੱਕੇ, ਮੈਨੂੰ ਪਤਾ ਲੱਗਾ ਵੀ 2 ਘਰ ਛੱਡ ਕੇ ਆਏ ਨੇ, ਅਤੇ ਦਾਸ ਨੇ ਥੋੜ੍ਹਾ ਜਿਹਾ ਹੱਥ 'ਚ ਪ੍ਰਸ਼ਾਦ ਲੈ ਕੇ ਨਾ ਜੀ ਦਰਸ਼ਨ ਕਰਨ ਗਏ, ਮੱਥਾ ਟਿਕਾਉਂਦੇ ਨਹੀਂ ਸੀ ਅਤੇ ਫਤਿਹ ਬੁਲਵਾਉਂਦੇ। ਮੈਂ ਮਾੜਾ ਜਿਹਾ ਸਿਰ ਝੁਕਾ ਕੇ ਅਤੇ ਬਹਿ ਗਿਆ, ਫਤਿਹ ਬੁਲਾਈ। ਮੈਨੂੰ ਕਹਿੰਦੇ ਬੀਬੀ ਕੌਲਾਂ ਦੇ ਗੁਰਦੁਆਰੇ ਦੀ ਕਾਰ ਸੇਵਾ ਮਿਲੀ ਹੈ? ਮੈਂ ਕਿਹਾ ਹਾਂ ਜੀ। ਸੰਗਤ ਜੀ, ਉਹਨਾਂ ਦੇ ਅੱਗੇ ਮੇਰਾ ਖਿਆਲ 30-40-50-60 ਹਜ਼ਾਰ ਰੁਪਈਏ ਜੋ ਸੰਗਤਾਂ ਨੇ, ਜੋ ਵੀ ਕੋਈ ਆ ਰਿਹਾ ਸੀ ਨਾ, ਆਪਣਾ ਪਿਆਰ ਰੱਖ ਰਿਹਾ, 40-50-60 ਹਜ਼ਾਰ ਰੁਪਇਆ ਪਿਆ ਹੋਣਾ। ਅਤੇ ਸੇਵਾਦਾਰ ਨੂੰ ਕਹਿੰਦੇ ਇਹ ਸਾਰੀ ਮਾਇਆ ਚੁੱਕ ਕੇ ਗੁਰਕਬਾਲ ਸਿੰਘ ਦੀ ਝੋਲੀ 'ਚ ਪਾ ਦੇ। ਆਖੋ ਸਾਥ। ਮੈਂ ਕਿਹਾ ਬਾਬਾ ਜੀ, ਤੁਸੀਂ ਸੰਗਤ ਨੇ ਆਪ ਜੀ ਨੂੰ ਭੇੜਾ ਕੀਤੀ। ਕਹਿੰਦੇ ਨਹੀਂ, ਤੂੰ ਵੀ ਕਾਰ ਸੇਵਾ ਤਾਂ ਹੀ ਲਾਉਣੀ। ਆਖੋ ਸਾਥ, ਇਹਨੂੰ ਕਾਰ ਸੇਵਾ 'ਚ ਲਾ ਦੇ। ਮੈਂ ਕਿਹਾ ਸਾਥ ਬੱਚਾ। ਉਹਨਾਂ ਨੇ ਇੱਕ ਗੱਲ ਕਹੀ ਮੈਨੂੰ ਉਸ ਵੇਲੇ ਬੈਠੇ ਬੈਠੇ, ਮੈਨੂੰ ਕਹਿੰਦੇ ਕਾਰ ਸੇਵਾ ਮਿਲੀ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ 'ਤੇ ਕਰਜ਼ਾ ਚੜ੍ਹਾ ਕੇ ਰੱਖੀ। ਆਖੋ ਸਾਥ, ਕਰਜ਼ਾ ਚੜ੍ਹਾ ਕੇ। ਮੈਂ ਕਿਹਾ ਜੀ ਮੈਂ ਸਮਝਿਆ ਨਹੀਂ। ਕਹਿੰਦੇ ਮਾਇਆ ਇਕੱਠੀ ਨਾ ਹੋਣ ਦੇਈ, ਇਹ ਫਿਰ ਝਗੜੇ ਪਾ ਦਿੰਦੀ। ਕਹਿ ਦਿਓ ਗੱਜ ਕੇ ਸਾਥ, ਇਹਨੂੰ ਬਹੁਤਾ ਇਕੱਠਾ ਨਾ ਹੋਣ ਦੇਈ ਸੰਗਤ ਦੀ, ਮਾਇਆ ਇਕੱਠੀ ਨਾ ਹੋਣ ਦੀ, ਫਿਰ ਝਗੜੇ ਪੈਂਦੇ। ਲਾਈ ਜਾਈ, ਕਰਜ਼ਾ ਚੜ੍ਹਾ ਕੇ ਰੱਖੀ, ਕਦੀ ਕਿਸੇ ਦੇ ਦੇਣੇ ਹੋਣ, ਕਦੀ ਕਿਸੇ ਦੇ। ਉਹ ਜਦੋਂ ਦੀ ਫਿਰ ਉਹਨਾਂ ਗੱਲ ਕਹੀ ਨਾ ਜੀ, ਉਦੋਂ ਦਾ ਇੰਝ ਹੀ ਚੱਲਦਾ ਪਿਆ, ਦੇਣੇ ਹੀ ਹੁੰਦੇ ਆ। ਆਖੋ ਸਾਧਨਾ, ਕਦੀ ਕਿਤੇ ਅਤੇ ਕਦੀ ਕਿਵੇਂ। ਹੁਣ ਕਾਰ ਸੇਵਾ ਚੱਲ ਰਹੀ ਹੈ ਬਾਬਾ ਦੀਪ ਸਿੰਘ ਦਾ ਸਥਾਨ, ਬਾਬਾ ਜੀ ਦਾ ਜਨਮ ਸਥਾਨ ਪਹੁਵਿੰਡ ਸਾਹਿਬ। ਉਹ ਫਿਰ ਉੱਥੇ 20-25 ਹਜ਼ਾਰ ਬੰਦਾ ਹਾਲ ਵਿੱਚ ਬਹਿ ਕੇ ਕੀਰਤਨ ਸੁਣ ਸਕੇ, ਨਵਾਂ ਦੀਵਾਨ ਹਾਲ ਤਿਆਰ ਹੋ ਰਿਹਾ, ਵੱਡਾ ਪ੍ਰੋਜੈਕਟ ਹੈ 20-25 ਕਰੋੜ ਦਾ।
ਤੇ ਆਪਣੀ ਗੱਲ ਚੱਲ ਪਈ ਰਿੱਧ ਨਵਨਿਧ ਰਿੱਧ ਨਵਨਿਧ ਇਹ ਉਹਦੀ ਬਖਸ਼ੀ ਕਾਰ ਸੇਵਾ ਕਰਕੇ ਮੇਰੇ ਨਾਲ ਬੜੀ ਵਾਰੀ ਬੀਤੀ ਅਸੀਂ ਮੰਡੀ ਗੋਬਿੰਦਗੜ੍ਹ ਤੋਂ ਸਰੀਆ ਮੰਗਾਇਆ ਜੀ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਵੱਡੇ ਬੀਮਾਂ ਦਾ ਲੈਂਡਰ ਸੀ ਇੱਕ ਇੱਕ ਬੀਮ ਵਿੱਚ 25-25-30 ਲੱਖ ਦਾ ਸਰੀਆ ਉਹ 38 ਲੱਖ ਦਾ ਸਰੀਆ ਮੈਂ 5-5 ਲੱਖ ਕਰਕੇ ਨਾ ਜੀ 20-20 ਲੱਖ ਦਿੱਤਾ 18 ਦੇਣਾ ਸੀ ਅਜੇ ਅਤੇ ਉਹ ਲੁਧਿਆਣੇ ਤੋਂ ਸਰੀਰ ਸਨ ਉਹ ਉਹਨਾਂ ਨੂੰ ਲੋੜ ਪੈ ਗਈ ਥੋੜ੍ਹਾ ਕਾਹਲੇ ਪੈਸੇ ਵੀ ਭੇਜੋ ਅੱਜ ਕੱਲ੍ਹ 'ਚ ਮੈਂ ਕਿਹਾ ਜੀ ਉਹ ਆਪਣਾ ਤਾਂ ਪੈਰਾ ਮਸਤਾਨਾ ਹੀ ਹੈ ਆਖੋ ਸਾਧਨਾ ਅਤੇ ਕਰਦੇ ਹਾਂ ਕੁਝ ਚਲੋ ਮੈਂ ਅੱਧਾ ਦਿਨ ਕੇ ਦਿਨ ਰੁਕੇ ਫਿਰ ਫੋਨ ਸ਼ੁਰੂ ਉਹ ਭੇਜੋ 18 ਲੋੜ ਹੈ ਭੇਜੋ 18 ਸਾਨੂੰ ਚਾਹੀਦੀ ਇਤਨਾ ਕੋਈ ਚੀਜ਼ ਹੁੰਦਾ ਦੁਕਾਨਦਾਰ ਜੋ ਵੀ ਸੰਗਤ ਜੀ ਮੇਰੇ ਆਪਣੇ ਅੰਦਰੋਂ ਨਾ ਅਰਦਾਸ ਮੈਂ ਕਿਹਾ ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਦਾ ਕਾਰਜ ਹੈ ਇੱਧਰ ਤਾਂ ਮਸਤਾਨਾ ਪੈ ਰਿਹਾ ਵੀ ਕੀਰਤਨ ਦੀ ਚੜ੍ਹਤਾਂ ਦੀ ਆਪਾਂ ਇੱਥੋਂ ਇਕੱਠੀ ਕੁੱਠੀ ਕਰਕੇ ਦੇਈ ਜਾਂਦੇ ਐਂ ਜੀ ਸਰੀ ਜਾਂਦਾ ਅਤੇ ਉਹ 18 ਲੱਖ ਕਹਿੰਦੇ ਇਕਦਮ ਮੈਂ ਕਿਹਾ ਮਹਾਰਾਜ ਕਿਵੇਂ ਕਰੀਏ ਰਿੱਧ ਨਵ ਨਿਧ ਕੀ ਹੁੰਦੀ ਹੈ ਕੋਈ ਹੋਰ ਗੱਲ ਕਰਕੇ ਨਹੀਂ ਮੈਂ ਸੁਣਾ ਰਿਹਾ ਯਕੀਨ ਜਾਣਿਓ ਅਰਦਾਸ ਵੀ ਨਹੀਂ ਕੀਤੀ ਫੁਰਨੇ ਹੀ ਬਣੇ 10 ਮਿੰਟ ਫੁਰਨੇ ਬਣੇ ਕਿ ਮਹਾਰਾਜ 18 ਲੱਖ ਦੇਣਾ ਸਰੀਆ ਦਾ ਕਾਲਾ ਬੜਾ ਪੈ ਗਿਆ ਕਿਵੇਂ ਕਰੀਏ ਕਿਰਪਾ ਕਰੋ ਸੰਗਤ ਜੀ 10 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਲੁਧਿਆਣੇ ਤੋਂ ਹੀ ਮੇਰੇ ਕੋਲ ਡਰੈਸ ਲੈ ਸਕਦੇ ਹੋ ਬੀਬੀ ਅਮਰੀਕਾ ਦੀ ਬੀਬੀ ਲੁਧਿਆਣੇ ਆਈ ਹੋਈ ਅਤੇ ਮੈਨੂੰ ਫੋਨ 'ਤੇ ਕੀ ਕਿਹਾ ਮੈਨੂੰ ਕਹਿਣ ਲੱਗੀ ਮੇਰੇ ਪਤੀ ਦੀ ਡੈਥ ਹੋ ਗਈ ਹੈ ਉਹਨਾਂ ਦਾ ਲੁਧਿਆਣੇ ਮਕਾਨ ਸੀ ਉਹ ਆਪਾਂ ਸੇਲ ਕਰਨ ਆਏ ਸਾਂ ਮਕਾਨ ਅਤੇ ਮਕਾਨ 1 ਕਰੋੜ ਕੇ 5-10 ਲੱਖ ਦਾ ਸੇਲ ਹੋ ਗਿਆ ਅਤੇ ਉਹਦਾ ਕੋਈ 20% ਜਾਂ ਜੋ ਵੀ ਬਿਆਨਾ ਆਇਆ ਅਤੇ ਕਹਿੰਦੀ 18 ਲੱਖ ਬਿਆਨਾ ਆਇਆ ਅਤੇ ਅਸੀਂ ਬਾਹਰ ਦੇ ਲੋਕ ਹਾਂ ਸਾਨੂੰ ਤਾਂ ਭਸੂੜੀ ਪੈ ਗਈ ਵੀ ਕੈਸ਼ ਸੰਭਾਲੀ ਹੈ ਕਿੱਥੇ ਕਹਿੰਦੀ ਮਹੀਨੇ ਲਈ ਰੱਖ ਲਓ ਸੰਭਾਲ ਲਓ ਅਤੇ ਮਹੀਨੇ ਬਾਅਦ ਮੈਂ ਲੈ ਲਵਾਂਗੀ ਜਦੋਂ ਉਹਨੇ ਕਿਹਾ ਨਾ ਮਹੀਨੇ ਲਈ ਰੱਖ ਲਓ 18 ਲੱਖ ਹੈ ਵੀ ਲੁਧਿਆਣੇ ਤੋਂ ਹੀ ਗੱਲ ਕਰ ਲਈ ਅਤੇ ਅਮਾਊਂਟ ਵੀ ਉਹਨੀ ਮੇਰੇ ਅਥਰੂ ਨਾ ਰੁਕਣ ਮੈਂ ਕਿਹਾ ਬਹਾਨਾ ਹੀ ਹੈ ਕਾਰ ਸੇਵਾ ਫਲਾਣਾ ਕਰਾ ਰਿਹਾ ਵਿੱਚ ਵਰਤਦੀ ਰਿੱਧ ਨਮ ਰਿੱਧ ਉਹਦੀ ਆਪ ਪਈ ਹੈ ਆ ਰਿੱਧ ਨਮ ਰਿੱਧ ਇਹ ਸੱਚਾਈ ਕਹਿ ਰਿਹਾ ਮੇਰੇ ਅਥਰੂ ਨਾ ਰੁਕਣ ਕੋਣੇ ਵਿੱਚ ਨਜ਼ਰ ਨਹੀਂ ਆਉਂਦਾ ਇਹਨੂੰ ਕਹਿੰਦੇ ਰਿੱਧ ਨਮ ਰਿੱਧ ਕਿ ਤੁਹਾਡੇ ਪ੍ਰਬੰਧ ਦਾ ਫਿਕਰ ਉਹਨੂੰ ਆਪ ਲੈ ਜਾਂਦਾ ਉਹਨੂੰ ਆਪ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਜੀ ਮੈਂ 2 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਐਡਰੈਸ ਦੇਣਾ ਅਤੇ ਉੱਥੇ ਤੁਸੀਂ 18 ਲੱਖ ਪਹੁੰਚਾ ਦਿਓ ਮੈਂ ਉੱਥੋਂ ਐਡਰੈਸ ਲੈ ਕੇ ਨਾ ਜਿਨ੍ਹਾਂ ਦੇ ਦੇਣੇ ਸੀ ਉਹਨਾਂ ਦਾ ਐਡਰੈਸ ਦਿੱਤਾ ਭੈਣ ਜੀ ਨੂੰ ਅਮਰੀਕਾ ਵਾਲੇ ਮੈਂ ਕਿਹਾ ਜੀ ਇੱਥੇ ਪਹੁੰਚਾ ਦਿਓ ਨਾਲੇ ਚਾਹ ਪਾਣੀ ਪੀ ਆਉਣਾ 18 ਲੱਖ ਦੇ ਆਉਣਾ ਅਤੇ ਚਾਹ ਪਾਣੀ ਪੀ ਆਇਓ ਅਤੇ ਜਦੋਂ ਚਾਹੀਦੇ ਹੋਏ ਮੈਨੂੰ 2-4 ਦਿਨ ਪਹਿਲੇ ਤੁਸੀਂ ਫੋਨ ਕਰ ਦੇਣਾ ਉਹ ਜਦੋਂ ਉਹਨਾਂ ਦੇ ਘਰ ਗਏ ਅੱਧੇ ਘੰਟੇ 'ਚ 18 ਲੱਖ ਦੇ ਤਾ ਕੰਮ ਫਿਨਿਸ਼ ਮੇਰੇ ਅਥਰੂ ਨਾ ਰੁਕਣ ਮੈਂ ਕਿਹਾ ਬਹਾਨਾ ਮੈਂ ਬਲਾਣਾ ਬੰਦਾ ਸੇਵਾ ਇਹ ਵਰਤਦਾ ਕੋਈ ਆਪ ਹੀ ਆਖੋ ਸਾਧਨਾ ਇਹਨੂੰ ਕਹਿੰਦੇ ਜੇ ਰਿੱਧ ਨਾ ਮਨੇ ਹੁਣ ਸੁਣਿਓ ਜੀ ਇਹ ਮਿਲ ਜਾਏਗੀ ਬਾਜ਼ਾਰੋਂ ਮੁੱਲ ਨਹੀਂ ਮਿਲ ਸਕਦੀ ਖੇੜਾ ਮਿਲ ਜੂ ਬਾਜ਼ਾਰੋਂ ਸ਼ਾਂਤੀ ਮਿਲ ਜੂ ਪਰ ਤੁਹਾਡਾ ਗੁਰੂ ਨਾਨਕ ਕਿੰਨਾ ਵੱਡਾ ਹੈ ਸੁਣਿਓ ਅਖੀਰ 'ਤੇ ਆਏਗਾ ਹੁਣ ਸਾਰੀਆਂ ਇਕੱਠੀਆਂ ਬੋਲਦਾਂਗੇ ਜੀ ਸੁਮਨੀ ਸਾਹਿਬ ਰੋਜ਼ ਪੜ੍ਹਦੇ ਹੋ ਅੱਜ ਵਿਚਾਰ ਕੇ ਪੜ੍ਹਿਓ ਖੇਮ ਸ਼ਾਂਤ ਰਿੱਧ ਨਮ ਨਿੱਧ ਬੁੱਧ ਵਿਸ਼ਰਾਮ ਚੰਗੀ ਬੁੱਧ ਮਿਲਦੀ ਬਾਜ਼ਾਰੋਂ ਮੁੱਲ ਗਿਆਨ ਮਿਲਦਾ ਗਿਆਨ ਬਾਜ਼ਾਰੋਂ ਮੁੱਲ ਜਿਹਨੂੰ ਦਵੇ ਸਰਬ ਤੈਂ ਸਿੱਧ ਜਿਹੜੇ ਕੰਮ ਨੂੰ ਹੱਥ ਪਾਵੇ ਉਹ ਸਿੱਧਾ ਹੋ ਜੇ ਮਿਲਦਾ ਬਾਜ਼ਾਰੋਂ ਵਿਦਿਆ ਵਿਸ਼ਰਾਮ ਤਪ ਮਿਲਦਾ ਤਪ ਬਾਜ਼ਾਰੋਂ ਮੁੱਲ ਵਿਦਿਆ
योग विश्राम प्राप्त ध्यान ध्यान मिलता है ज्ञान श्रेष्ठ उत्तम शिना चार पदार्थ कमल प्रकाश ये भी दात है सब के मध्य सगल ते उदास ये दात है कोशिश करो वह तो अड़ी दिल्ली च पांच करोड़ दी भी कोठी हो पांच करोड़ दा भी फ्लैट हो वे बधाइयां ने शुक्र है बाबा नानक अपने सिखा नू दवे पर ऐ संगत नू बेनती जे आ मेरी जैकेट वाला वेखियो इत्थे इक खाना रखिया करो वो खाना की भावे पांच करोड़ दी कोठी च रह रहे हो एक खाना रखो की एक दिन या कोठी ने मैनू छड़ना है या मैं कोठी नू छड़ना है आखो सतनाम इनू कहिंदे जे चार पदार्थ कमल प्रकाश सब के मद उहदे च रहिंदे आ ज्ञान हो कि भावे मैं करोड़ दी कार चा पर एक दिन आना या कार ने मैनू छड़ना है कोई घाटा पै गया तो कार ने तुहानू छड़ देना वेच दिओ ला दिओ ते जे नहीं पिया ते एक दिन मैं कार नू छड़ के जाना आ खाना इनू कहंदे ने माया च रहंदे आ वी ओ खाना बनया एक दिन जाना उदास आखो साधना ये भी दात है चार पदार्थ कमल परगा सबके मध्य सगल ते उदास सुंदर ये भी दात चतर तत का बेता तत का बेता समदर्शी एक दृष्टिता समदर्शी ये बड़ी बड़ी दाद है समदर्शी एक दृष्टिता दृष्टि समदर्शी बन गई भाई पिंद्रपाल जी ने कथा च क्या कहंदे समदर्शी दृष्टि की है गुआंडी दा बच्चा खेड रहा है ओदे विचों भी अपने बच्चे वर्गी जोत नजर आवे गज के आखो साधना समदर्शी दृष्टि समदर्शी ये दात कह कह नु मिलदी भाई कन्हैया जी वर्गियां नु कह दियो गज के साधना ओ दुश्मनां नु भी पानी पिया रहे सिखां दी तसल्ली कराउण लई बाजां ने सद लिया ਤੁਹਾਡੀ ਸ਼ਿਕਾਇਤ ਆਈ ਤੁਸੀਂ ਪਾਣੀ ਪਿਆ ਰਹੇ ਉਹਨਾਂ ਕਿਹਾ ਮਹਾਰਾਜ ਜਿਹੜਾ ਬੁੱਕ ਕੱਢਦਾ ਮੈਨੂੰ ਤੇ ਇੰਜ ਲੱਗਦਾ ਤੁਸੀਂ ਮੰਗ ਰਹੇ ਹੋ ਆਖੋ ਸਤਨਾਮ ਆਪ ਜੀ ਰੋਕਿਆ ਗੁਰੂ ਗੋਬਿੰਦ ਸਿੰਘ ਨੇ ਰੋਕਿਆ ਉਹ ਚ ਵਾਧਾ ਕੀਤਾ ਰੋਕਿਆ ਨਹੀਂ ਸਗੋਂ ਵਾਧਾ ਕੀਤਾ ਕਹਿੰਦੇ ਫਿਰ ਕਨ੍ਹਈਆ ਜੀ ਅੱਗੇ ਕੱਲਾ ਪਾਣੀ ਪਿਆਉਂਦੇ ਸੀ ਹੁਣ ਆ ਲਓ ਮਲਮ ਦੀ ਡੱਬੀ ਵੀ ਲੈ ਲਓ ਤੇ ਪੱਟੀ ਵੀ ਲੈ ਲਓ ਫਿਰ ਆ ਵੀ ਕਰਿਆ ਕਰੋ ਆਖੋ ਸਤਨਾਮ ਵਾਧਾ ਪਾਇਆ ਸਮਦਰਸੀ ਦ੍ਰਿਸ਼ਟੀ ਇਹ ਵੱਡੀ ਦਾਤ ਹੈ ਕਿਸੇ ਵਿਰਲੇ ਵਿਰਲੇ ਨੂੰ ਮਿਲਦੀ ਤੁਸੀਂ ਜਿੰਨੀਆਂ ਸੱਸਾਂ ਬੈਠੀਆਂ ਗੁੱਸਾ ਨਾ ਕਰਿਓ ਗੁਰਗਵਾਲ ਸਿੰਘ ਨੂੰਹਾਂ ਦੀ ਵੋਟ ਪਾਉਂਦਾ ਹੈ ਜਿੰਨੀਆਂ ਸੱਸਾਂ ਬੈਠੀਆਂ ਨਾ ਖਾਲੀ ਗਲਾਸ ਨਾ ਵੇਖਿਆ ਕਰੋ ਨੂੰਹ ਦਾ ਆਖੋ ਸਤਨਾਮ ਮਾੜਾ ਜਿਹਾ ਖਾਲੀ ਗਲਾਸ ਹੁੰਦਾ ਨਾ ਬਸ ਉਹ ਵੇਖ ਕੇ ਹੀ ਆਪਾਂ ਅੰਦਰ ਸਾੜਦੇ ਰਹਿੰਦੇ ਹਾਂ ਸਾੜਦੇ ਜਿਹੜੇ ਉਹਦੇ ਚ ਗੁਣ ਨੇ ਉਹ ਵੀ ਵੇਖੋ ਭਰਿਆ ਗਲਾਸ ਵੇਖੋ ਸਮਦਰਸੀ ਦ੍ਰਿਸ਼ਟੀ ਬਣਾਓ ਨੂੰਹਾਂ ਚੌੜੀਆਂ ਨਾ ਹੋ ਜਾਣਾ ਆਖੋ ਸਤਨਾਮ ਭੈਣ ਜੀ ਜਗਜੀਤ ਕੌਰ ਨੂੰ ਕਹੋ ਵੀ ਗੁਰਗਵਾਲ ਸਿੰਘ ਨੇ ਸਾਡੀ ਵੋਟ ਪਾ ਦਿੱਤੀ ਇਹਨਾਂ ਨੂੰ ਜ਼ਰੂਰ ਬੁਲਾਓ ਆਖੋ ਸਤਨਾਮ ਭਾਈ ਮਤੀ ਦਾ ਸੇਵਾ ਸਾਈ ਜਿੰਨੀਆਂ ਨੂੰਹਾਂ ਬੈਠੀਆਂ ਜੇ ਤੁਸੀਂ ਵੀ ਸੱਸਾਂ ਦਾ ਖਾਲੀ ਗਲਾਸ ਨਾ ਵੇਖੋ ਹੁਣ ਗਲਾਸ ਭਰਿਆ ਹੋਵੇ ਨਾ ਅੱਧਾ ਪੌਣਾ ਥੋੜਾ ਜਿਹਾ ਖਾਲੀ ਹੋ ਗਿਆ ਖਾਲੀ ਨਹੀਂ ਦੇਖਣਾ ਸੱਸ ਵਿੱਚ ਤਿੰਨ ਕਮੀ ਹੈ ਦੋ ਕਮੀ ਹੈ ਜੇ ਉਹ ਵੇਖੋਗੇ ਪਰੇਸ਼ਾਨ ਹੋ ਤੇ ਜੇ ਭਰਿਆ ਗਲਾਸ ਵੇਖੋਗੇ ਨਾ ਮੈਂ ਤੇ ਨਾਸ਼ਤਾ ਹੀ ਬਣਾਉਂਦੀ ਹਾਂ ਕੱਪੜੇ ਤੇ ਸਾਰੇ ਸੱਸ ਹੀ ਧੋਂਦੀ ਹੈ ਆਖੋ ਸਤਨਾਮ ਮੈਂ ਤੇ ਨਾਸ਼ਤਾ ਹੀ ਬਣਾਉਂਦੀ ਹਾਂ ਕੱਪੜੇ ਤੇ ਸੱਸ ਹੀ ਧੋਂਦੀ ਹੈ ਉਹ ਭਰਿਆ ਵੇਖੋਗੇ ਚੈਨ ਆਏਗਾ ਚੈਨ ਆਏਗਾ ਇਹਨੂੰ ਕਹਿੰਦੇ ਸਮਦਰਸੀ ਦ੍ਰਿਸ਼ਟੀ
ਦੁਸ਼ਮਣ ਦੇ ਵੀ ਗੁਣ ਨਜ਼ਰ ਆਉਣੇ, ਕਹਿ ਦਿਓ ਗੱਜ ਕੇ ਸਤਨਾਮ, ਉਹ ਚ ਵੀ ਗੁਣ ਨਜ਼ਰ ਆ। ਪੜੋ ਜ਼ਫਰਨਾਮਾ ਜਿਹੜਾ ਔਰੰਗਜ਼ੇਬ ਨੂੰ ਲਿਖਿਆ ਬਾਜਾਂ ਲੈ ਨੇ, ਉਹਦੇ ਚ ਔਰੰਗਜ਼ੇਬ ਦੀ ਸਿਫਤ ਵੀ ਕੀਤੀ, ਆਹ ਤੇਰੇ ਚ ਗੁਣ ਵੀ ਹੈਗੇ, ਇਹ ਗੁਣ ਵੀ ਨੇ, ਆਹ ਤੇਰੇ ਚ ਕਮੀ ਹੈ। ਕਿਉਂਕਿ ਔਰੰਗਜ਼ੇਬ ਟੋਪੀਆਂ ਸੀ ਕੇ ਉਹਦੀ ਜਿਹੜੀ ਮਜ਼ਦੂਰੀ ਮਿਲਦੀ ਸੀ ਰੋਟੀ ਉਹਦੇ ਚੋਂ ਖਾਂਦਾ ਸੀ, ਆਖੋ ਸਤਨਾਮ, ਗੁਣ ਵੀ ਸੀ ਮਹਾਰਾਜ ਨੇ ਉਹ ਵੀ ਲਿਖੇ ਜ਼ਫਰਨਾਮੇ। ਤੋ ਹੁਣ ਉੱਥੇ ਆ ਜਾਓ ਜੀ, ਫਿਰ ਆਪਾਂ ਗੁਰੂ ਨਾਨਕ ਦੀ ਉਸਤਤ ਕਰ ਰਹੇ ਹਾਂ। ਸੁੰਦਰ ਚਤਰ ਤਤ ਕਾ ਬੇਤਾ ਸਮੁੰਦਰ ਸੀ ਏਕ ਦ੍ਰਿਸ਼, ਜਿੰਨੀਆਂ ਦਾਤਾਂ ਸੁਣੀਆਂ ਜੇ ਦੱਸੋ ਮਿਲਦੀਆਂ ਬੋਲ। ਹੁਣ ਸਾਰੇ ਪੜਿਓ ਜੀ ਨੌਵੀਂ ਤੇ ਦਸਵੀਂ ਪੰਕਤੀ, ਸਾਡੇ ਗੁਰੂ ਅਰਜਨ ਦੇਵ ਮਹਾਰਾਜ ਦਾ ਫੈਸਲਾ ਕੀ ਕਹਿੰਦੇ, ਇਹ ਫਲ ਤਿਸ ਜਨ ਕੇ ਮੁੱਖ ਭਨੇ। ਇਹ ਫਲ ਇਹਦਾ ਕੀ ਅਰਥ, ਜਿੰਨੇ ਉੱਤੇ ਲਿਖੇ ਹੈ, ਮੈਂ 19 ਕੇ 20 ਕੇ 21 ਬਣਨਗੇ, ਮੈਂ ਪੂਰੀ ਡਿਟੇਲ ਨਾਲ ਨਹੀਂ ਗਿਣਿਆ। ਇਹ ਫਲ ਤਿਸ ਜਨ ਕੇ ਮੁੱਖ ਭਨੇ, ਇਹ ਫਲ ਤਿਸ ਜਨ ਕੇ ਮੁੱਖ ਭਨੇ, ਇਹ ਸਾਰੇ ਫਲ ਉਹਦੀ ਝੋਲੀ 'ਚ ਪੈ ਜਾਣਗੇ। ਕਿਹਦੀ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਹਨੇ ਮਨ ਕਰਕੇ ਗੁਰੂ ਨਾਨਕ ਦੇ ਬਚਨ ਮੰਨ ਲਏ, ਮਨ ਕਰਕੇ ਗੁਰੂ ਨਾਨਕ ਦੀ ਉਸਤਤ ਕਰ ਲਈ, ਇਹ ਜਿੰਨੀਆਂ ਦਾਤਾਂ ਲਿਖੀਆਂ ਕਹਿੰਦੇ ਸਾਰੀਆਂ ਉਹਦੀ ਝੋਲੀ 'ਚ ਪੈ ਜਾਣਗੀਆਂ। ਗੱਜ ਕੇ ਆਖੋ ਸਤਨਾਮ, ਇਹੋ ਜੇ ਗੁਰੂ ਨਾਨਕ ਨੂੰ ਨਾ ਕਹੀਏ ਐਸਾ ਗੁਰ, ਵਡਭਾਗੀ ਪਾਇਆ ਤੂੰ ਇੰਨਾ ਵੱਡਾ, ਤੇਰੇ ਬਚਨ ਮਨ ਕਰਕੇ ਤੇਰੀ ਸਿਫਤ ਮਨ ਕਰਕੇ ਸੁਣ ਲਈਏ। ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ, ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਐਸਾ ਗੁਰ ਵਡਭਾਗੀ। ਹੁਣ ਇਹ ਵਾਰੀ ਵਾਰੀ ਸਟੈਪ 'ਚ ਜਾ ਰਹੇ, ਪਹਿਲੇ ਆਪ ਜੀ ਨੇ ਸੁਣਿਆ ਕਰਮਾਂ ਤੋਂ ਉੱਤੇ ਹੈ ਬਾਬੇ ਨਾਨਕ ਦੀ ਕਿਰਪਾ, ਦੂਜਾ ਸੁਣਿਆ ਵੀ ਉਹ ਜਿਹੜੀ ਚੀਜ਼ ਬਾਜ਼ਾਰੋਂ ਲੱਖਾਂ ਦੇ ਕੇ ਮੁੱਲ ਨਹੀਂ ਮਿਲ ਸਕਦੀ, ਗੁਰੂ ਨਾਨਕ ਦੀ ਉਸਤਤ ਨਾਲ ਝੋਲੀ 'ਚ ਪੈ ਜਾਂਦੀ। ਹੁਣ ਇੱਕ ਤੀਜੀ ਗੱਲ ਸੁਣਿਓ ਜੀ, ਜਿੰਨੇ ਅਵਤਾਰ ਹੋਏ ਨੇ ਧਨ ਨੇ, ਜਿੰਨੇ ਪੈਗੰਬਰ ਹੋਏ ਨੇ ਧਨ ਨੇ, ਪਰ ਗੱਲ ਧਿਆਨ ਨਾਲ ਸੁਣਿਓ, ਐਵੇਂ ਨਹੀਂ ਕਹਿਣਾ ਐਸਾ ਗੁਰਵਡ ਭਾਗੀ, ਵਾਕਈ ਵੱਡੇ ਭਾਗ ਨੇ ਜਿਹਨਾਂ ਨੂੰ ਗੁਰੂ ਨਾਨਕ ਮਿਲ ਗਿਆ, ਆਖੋ ਸਤਨਾਮ, ਜਿਹਨਾਂ ਦੇ ਉੱਤੇ ਮੋਹਰ ਲੱਗ ਗਈ, ਇਹ ਗੁਰੂ ਨਾਨਕ ਦੀ ਬੱਚੀ ਹੈ, ਗੁਰੂ ਨਾਨਕ ਦਾ ਪੁੱਤਰ। ਜਿੰਨੇ ਅਵਤਾਰ ਹੋਏ ਨੇ, ਗੱਲ ਬੜੇ ਧਿਆਨ ਨਾਲ ਸੁਣਿਓ, ਜਿੰਨੇ ਅਵਤਾਰ ਹੋਏ ਨੇ ਉਹਨਾਂ ਦੇ ਪੈਰੋਕਾਰ ਉਹਨਾਂ ਨੂੰ ਧਿਆਉਂਦੇ ਆ, ਆਖੋ ਸਤਨਾਮ। ਇਹ ਅੱਲਾ ਯਾਰ ਖਾਂ ਯੋਗੀ ਨੇ ਵੀ ਆਪਣੀ ਕਿਤਾਬ 'ਚ ਲਿਖਿਆ ਵੀ ਜਿੰਨੇ ਅਵਤਾਰ ਹੋਏ ਉਹਨਾਂ ਦੇ ਪੈਰੋਕਾਰ ਧਿਆਉਂਦੇ। ਸਿਰਫ ਗੱਲ ਨੂੰ ਸਮਝਿਓ, ਕ੍ਰਿਸ਼ਨ ਜੀ ਧਨ ਨੇ ਪਰ ਕ੍ਰਿਸ਼ਨ ਜੀ ਦੇ ਪੈਰੋਕਾਰ ਉਹਨਾਂ ਨੂੰ ਧਿਆਉਂਦੇ, ਮੁਹੰਮਦ ਸਾਹਿਬ ਜੀ ਦੇ ਪੈਰੋਕਾਰ ਉਹਨਾਂ ਨੂੰ ਧਿਆਉਂਦੇ, ਸਾਰੇ ਅਵਤਾਰ ਧਨ ਨੇ। ਪਰ ਇੱਕ ਜਕਾਰਾ ਦੇਣਾ ਜ਼ੋਰ ਨਾਲ ਸੁਣਨ ਤੋਂ ਬਾਅਦ
ਇੱਕ ਗੁਰੂ ਨਾਨਕ ਹੈ ਆਖੋ ਸਤਨਾਮ ਇੱਕ ਗੁਰੂ ਨਾਨਕ ਹੈ ਜਿਹਦੇ ਕੇਵਲ ਪੈਰੋਕਾਰ ਉਹਨਾਂ ਨੂੰ ਨਹੀਂ ਧਿਆਉਂਦੇ ਸਾਰੇ ਪੈਰੋਕਾਰ ਗੁਰੂ ਨਾਨਕ ਨੂੰ ਧਿਆਉਂਦੇ ਹੈ ਸਾਰੇ ਕਰ ਕਰ ਬਾਬਾ ਗਾਵੀਏ ਕਰ ਕਰ ਬਾਬਾ ਗਾਵੀਏ ਹਾਏ ਹਾਏ ਓ ਕਰ ਕਰ ਬਾਬਾ ਗਾਵੀਏ ਕਰ 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 ਬਾਬਾ ਗਾਵੀਏ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਕਰ ਕਰ ਬਾਬਾ ਗਾਵੀਏ ਵਜਨ ਤਾਲ ਮਿਰਦੰਗਰ ਬਾਬਾ ਕਰ ਕਰ ਬਾਬਾ ਗਾਵੀਏ ਕਰ ਕਰ ਬਾਬਾ ਗਾਵੀਏ ਵਾਹ ਵਾਹ ਅੱਛਾ ਇੱਕ ਗੱਲ ਕਰਾਂ ਆਪਣਾ ਕੁਛ ਹੀ ਹੁੰਦੀ ਜੇ ਤਸੱਲੀ ਹੋਣੀ ਚਾਹੀਦੀ ਕਿਸੇ ਨੂੰ ਸ਼ੱਕ ਹੋਵੇ ਕੀ ਗੱਲ ਕਹਿਤੀ ਵੀ ਸਾਰੇ ਪੈਰੋਕਾਰ ਗੁਰੂ ਨਾਨਕ ਨੂੰ ਕਹਿ ਦਿਓ ਗੱਜ ਕੇ ਸਤਿ ਵਾਹਿਗੁਰੂ ਜੀ ਹੁਣ ਘਰ ਜਾਓਗੇ ਨਾ ਹੋਰ 10-15 ਮਿੰਟ ਤੱਕ ਭੋਗ ਪੈਣਾ ਸਮਾਪਤੀ ਤੇ ਜਾਓਗੇ ਨਾ ਘਰ ਦਰਬਾਰ ਸਾਹਿਬ ਦਾ 2 ਮਿੰਟ ਵਾਸਤੇ 5 ਮਿੰਟ ਵਾਸਤੇ ਲਾਈਵ ਲਾਇਓ PTC ਪੰਜਾਬੀ ਤੋਂ ਅੱਖੀ ਵੇਖੋ ਲਾ ਕੇ ਅੱਖੀ ਦਰਬਾਰ ਸਾਹਿਬ ਦਾ 5-7 ਮਿੰਟ ਲਾਈਵ ਲਾਇਓ ਜਿਹੜਾ ਬੋਲਿਆ ਨਾ ਅੱਖੀ ਵੇਖੇ ਜਦੋਂ ਕੈਮਰਾ ਮਾਰਨਗੇ ਨਾ ਪੁੱਲ ਤੇ ਵਿੱਚ ਪੁੱਲ ਤੇ ਕੈਮਰਾ ਮਾਰ ਦੇ ਜਦੋਂ ਪੁੱਲ ਤੇ ਕੈਮਰਾ ਮਾਰਨਗੇ ਤੇ ਅੱਖੀ ਵੇਖ ਲਿਓ ਜੇ ਪੁੱਲ ਤੇ 2000 ਸਰੀਰ ਖੜਾ ਸਾਰੇ ਸਰਦਾਰ ਨਹੀਂ ਨਜ਼ਰ ਆਉਣਗੇ ਸਾਰੇ ਪੱਗਾਂ ਵਾਲੇ ਨਹੀਂ ਨਜ਼ਰ ਆਉਣਗੇ ਕਿੰਨੀਆਂ ਕੌਮਾਂ ਦੇ ਉਹ ਵਿੱਚ ਲੱਗੇ ਨਜ਼ਰ ਆਉਣਗੇ ਗੁਰੂ ਰਾਮਦਾਸ ਅਸੀਂ ਵੀ ਤੇਰੇ ਚਰਨਾਂ 'ਚੋਂ ਕੁਝ ਮੰਗਣ ਆਏ ਹਾਂ ਕਹਿ ਦਿਓ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਕੌਣ ਹੋ ਤੁਸੀਂ ਅੱਜ ਦੇ ਕੀਰਤਨ ਦਾ ਜਿਹੜਾ ਮਕਸਦ ਕਿਸੇ ਦੀ ਨਿਰਿਆ ਨਹੀਂ ਕਰਨੀ ਕਿਸੇ ਨੂੰ ਮਾੜਾ ਨਹੀਂ ਪਰ ਇੱਥੇ ਖਾਨਾ ਰੱਖਣਾ ਗੁਰੂ ਨਾਨਕ ਤੇਰੇ ਤੋਂ ਵੱਡਾ ਕੋਈ ਨਹੀਂ ਤੂੰ ਕਰਮਾਂ ਤੋਂ ਉੱਤੇ ਹੈ ਟੁੱਟਣਾ ਤੇਰਾ ਕਰਮਾਂ ਤੋਂ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆ ਗਿਆ ਮੈਂ ਚਲਤ ਹੈ ਰੋ ਕੇ ਰੁਹੇਲੇ ਮਾਗ ਦੇਸ਼ ਕੇ ਮਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ ਤਿੱਬਤੀ ਤੇ ਆਏ ਦੋਖ ਦੇ ਕੋ ਦਲਤ ਹੈ ਜਿੰਨੇ ਤੋਹੇ ਤੇ ਆਇਓ ਤਿੰਨੇ ਪੂਰਨ ਪ੍ਰਤਾਪ ਪਾਇਓ ਜਿੰਨੇ ਤੋਹੇ ਤੇ ਆਇਓ ਤਿੰਨੇ ਪੂਰਨ ਪ੍ਰਤਾਪ ਪਾਇਓ ਸਰਬ ਤਨ ਤਾਮ ਫਲ ਫੂਤ ਸੋ ਫਲਤ ਹੈ ਹਰ ਕਰ ਬਾਬਾ ਗਾਵੀਏ ਹਰ ਕਰ ਬਾਬਾ ਗਾਵੀਏ ਹਾਂਜੀ ਕਰ ਕਰ ਬਾਬਾ ਤੇ ਆਇਣ ਬੇਦਕ ਤੇ ਬਾਸਨ ਖੜੇ ਗਣਤੀ ਗਣੀ ਨ ਜਾਏ ਤੇਰੇ ਦਰ ਪੜੇ ਬਾਬਾ ਨਾਨਕ ਬ੍ਰਹਮੇ ਤੁਧ ਤੇ ਆਇਣ ਇੰਦਰ ਇੰਦਰਾਸਣਾ
शंकर विष्णु अवतार हर जस मुख पढ़ा ये गुरबाणी है पीर पैगंबर शेख मसायक ओलिए गुरु नानक ओत पोत निरंकार कट कट मोलिए कूड़ों करे विनाश धर्म तगी जित जित लाए आ तित तित लगी है दुध ते आयन वेदक ते बासन खड़े गणती गणी न जाए तेरे दर पड़े कर बाबा गाविए कर कर बाबा गाविए हां जी कर कर बाबा गाविए कर कर बाबा गाविए तेरी वड्याई तू है जानदा तुद जे वडे अवर न कोई तुद जे वड होर शरीक होवे ता की है तुद जे वड तू है सोई जिन तू सेवया तिन सुख पाया होर तिस दी रीज करे क्या कोई पन्नन करणन समरत है करते तू पन्नन करणन समरत दातार है तो दे अगे मंगण नो हाथ जोड़ खली सब होई कर कर बाबा गाविए कर बाबा गाविए कर कर आज दे कीर्तन दा निचोड़ ले प्यार ना लखो सतनाम श्री गुरु नानक दा तुठना कर्मा दोते ओ चीजां जड़ियां लखां रुपए हाथ च लैके नहीं मिलदियां गुरु नानक दी उस्तत नाल मिल जांदियां उना दे बचन मनन तीसरा हर अवतार दे पैरोकार उन्हों त्यांदे ने एक गुरु नानक तू कौन है आप जी कौन सारे हरिंदरपाल सिंह जी बैठे है आपां दे अनपढ़ियां इह पढ़िया लिखियां चों आखो सतनाम श्री वाह इन्हां नूं पता है रविंद्र नाथ टैगोर किन्ना गुणी सी आ जिहड़ा सरकारी स्कूलां च ते होर कईआं च पढ़दे जन गण मन इह उहदा लिखिआ है कौमी गीत वेखो हिंदू वीर सी ना दाढ़ी दे केस कटदा सी ना सिर दे रविंद्र नाथ टैगोर एवें ते नहीं ਵਿਚਾਰਿਆ ਹੋਇਆ ਔਰ ਹਰਿਮੰਦਰ ਸਾਹਿਬ ਰਵਿੰਦਰ ਨਾਥ ਟੈਗੋਰ ਦਰਸ਼ਨ ਕਰਨ ਗਿਆ ਜਦੋਂ ਅੰਦਰ ਬੈਠੇ ਨਾ ਜੀ ਕੀਰਤਨ ਹੋ ਰਿਹਾ ਸ਼ਬਦ ਲੱਗਾ ਮਿਲ ਮੇਰੇ ਪ੍ਰੀਤਮਾ ਜੀ ਹੋ ਤੇ ਦੂਜਾ ਸ਼ਬਦ ਲੱਗਾ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਇਆ ਨਾਮ ਚੱਲ ਪਿਆ ਸਿਮਰਨ ਚੱਲ ਪਿਆ ਉਹ ਅੰਦਰ ਵਾਈਬ੍ਰੇਸ਼ਨ ਸੀ ਇੱਕ ਹੈ ਬਿਆਸੀ ਸੀ ਚੱਲ ਪਿਆ ਸਿਮਰਨ ਆ ਮੇਰਾ ਮੋਢਾ ਵੇਖਿਓ ਇੰਜ ਮੋਢਾ ਲਾਇਆ ਕਿਹਨੇ ਲਾਇਆ ਸੈਕਟਰੀ ਨੇ ਰਮਿੰਦਰ ਨਾਲ ਟਕੋਰ ਅੱਖਾਂ ਜੁੜੀਆਂ ਪਿਆ ਭਿੱਜਿਆ ਪਿਆ ਤੇ ਇੰਜ ਮਾੜਾ ਜਿਹਾ ਬੰਦਾ ਪੁੱਛਦਾ ਨਾ ਵੀ ਕੀ ਗੱਲ ਅੱਗੋਂ ਸੈਕਟਰੀ ਨੇ ਕਿਹਾ ਜੀ 15 ਮਿੰਟ ਲਿਖਾ ਤਾ ਆਪਕੇ ਰੂਟ ਮੇ ਕੀਰਤਨ ਸੁਣਨਾ
12 हो गए, 3 रह गए, आपको 7 उन्हें अपना फर्ज निभाया, 3 मिनट रह गए। हुण ओ जो रस आ रहा है, आ रहा है, हुण मैं तुहानू किवें बयान करा, तुहानू पता ही है दरबार साहब की वाइब्रेशन कैसी है भी। हुण समा कोई इहो जिहा होएगा, मैनू महापुरश सुणांदे सी कई बंदियां दा दीवा भी तैयार होंदा, वट्टी भी तैयार होंदी, घ्यो भी पिया होंदा, बस कोई जगाण वाला ही चाहिए, आखो सतनाम, बाकी काम सारा तैयार सी, अभ्यासी सी, बस वो गुरबाणी मिल गई, गुरु रामदास मिल गए, माड़ी जगाउण वाले, वो रस चल पिया। वो रस विच रविंद्रनाथ टैगोर जुड़िया, उन्हें 2 मिनट बाद इंज फिर हाथ लाया, फिर फिर किया की कहना चाहना, उन्हें कहा जी 1 मिनट रह गया, आखो सतनाम। ये जेडे वड्डे बंदे जाण उन्हां दा ना टाइम टेबल होंदा, 15 मिनट कीर्तन सुनना, इन्ना चिर जलियां वाले बाग जाना, इन्ना चिर इत्थे जाना, इत्थे जाना। उस सैकटरी ने कहा भी 1 मिनट रह गया, ते है ते पढ़िया लिखिया सी, सुलझिया सी, वो 1 मिनट में जिहड़ा उन्हें फैसला लिया सुनियो रविंद्रनाथ टैगोर, अभ्यासी सी है वो, सुलझिया सी, वो 1 मिनट च की फैसला लिया भी आ खजाना कदी मिले आ रस, ते 1 मिनट बाद ना सिर मगर कीता, इशारा कीता खजानची नू कान ओरे कर, उन्हें कीता, ते कहन लगा रविंद्रनाथ टैगोर कहन लगे जिहड़ा रस गुरु रामदास दे घर मिलिया किते मिलिया ही नहीं, एक काम कर। सैकटरी कहिंदे दोस्तो, कहिंदा बाहर जा, 3 दिन 3 रातों के प्रोग्राम सारे कैंसल कर दे, 3 दिन 3 रातां मैं गुरु रामदास दे दर तो जाना ही नहीं। हाय हाय हाय, तुसी कहोगे गुरकबाल सिंह नूं कित्थों पता लगा, आखो सतनाम, आ जांदा ना फुरना। ये कोई भी विशेष अहुदे वाला बंदा आवे दरबार साहब, उत्थे एक विजिट बुक हुंदी जिहदे च अपना व्यू लिख के जांदा, जाण लगे भावें जापान का प्रधानमंत्री आवे, भावें चाइना का आवे, कोई होर वड्डे अहुदे वाला, वो फिर अपना व्यू लिखता है, मैनू की महसूस होया। ये पढ़ सकते हो रविंद्रनाथ टैगोर का व्यू, वो विजिट बुक च की लिखे है उस तरीक का, वो लिखे है जी आया तो 15 मिनट के लिए था, कह दो गज के सतनाम, रविंद्रनाथ टैगोर अपने साइन करके लिख दे, आया तो 15 मिनट के लिए था, 3 दिन 3 रातें जा नहीं सका गुरु रामदास के घर से, अगे लिखे है जी कहते 3 दिन 3 रातें के बाद भी मेरा तन जा रहा है, मन गुरु रामदास के चरणों में ही है, कह दो गज के सतनाम। जो है तुहाडे कोल है किसे कोल नहीं, और हरिंदरपाल सिंह जी बैठे है, गोल्डी जी भी आ गए है, अपना तो काम देसी है, इन्हां दी पढ़ी लिखी पढ़ाई है, बहुत संगतां नूं गुरु ग्रंथ साहिब दे अर्थां नाल जोड़ रहे, संतियां नाल जोड़ रहे, इन्हां नूं पता है प्रोफेसर पूरन सिंह होए ने, उन्होंने अपनी किताब च जिक्र किया कि रविंद्रनाथ टैगोर वो विजिट तो बाद दो 3 साल बाद रविंद्रनाथ टैगोर प्रोफेसर पूरन सिंह जी नूं मिले, वो फिर प्रोफेसर पूरन सिंह जी ने अपनी किताब च जिक्र किया। रविंद्रनाथ टैगोर प्रोफेसर पूरन सिंह पता की कहते, कहते अब मैं जब भी अमृतसर गुरु रामदास के घर जाता हूं अब काली नहीं करता, आखो सतनाम, अब काली नहीं करता, खुला समा लेके जाता हूं, कह दो गज के सतनाम। ये प्रोफेसर पूरन सिंह अपनी किताबा जिक्र रखे, काली नहीं करता खुला समा लेके जाता हूं, खुला। ते एक गल होर लिखी मैनू बड़ी वो अजीब लगी, मैं तुहानू साझी करनी चाहता, रविंद्रनाथ टैगोर प्रोफेसर पूरन सिंह नूं कहिंदा वी प्रोफेसर जी पता नहीं ये क्या बात है, अब मैं गुरु रामदास के
दर पे अंदर कीर्तन सुनता हूं, मेरा चोरी का फुरना बन जाता है। आको साधना चोरी का फुरना, ओगो प्रोफेसर पूरन सिंह कहते जी चोरी का फुरना तो माड़ा होता है। हूं आप इतने बैठे हैं, कोई चोरी का फुरना बना ले चीज चोरी कर ली, फुरना तो माड़ा। वो कहते जी चोरी का फुरना माड़ा होता है। रविंद्र नाथ टैगोर तुम पता को दिमागी बंदा, कहते मैं क्या करूं मेरा बन जाता है, मैं अंदर कीर्तन सुनता हूं मेरा चोरी का फुरना बन जाता है। वो कहते जी चोरी का फुरना तो माड़ा होता है। प्रोफेसर पूरन सिंह कहते, वो कहते मेरा बन जाता है। वो को प्रोफेसर पूरन सिंह कहते मैं समझिया नहीं। कहते रविंद्र नाथ टैगोर कहते कुछ रागी ऐसे हैं वो एक प्रकरण पर कीर्तन करते हैं, कह दो गज के साधना हाँ, एक सब्जेक्ट पर कीर्तन करते हैं। जे नाम का सब्जेक्ट लिया तो नाम का, जे दर्शना का लिया तो दर्शना का, जे औगुण बख्शाण का लिया तो औगुण बख्शाण का, जे बेनतियां का प्रकरण लिया तो बेनतियां का। रविंद्र नाथ टैगोर कहता देखो है बाणी है, हुण तुसीं पहला शब्द ला दिओ धन नानक तेरी वड्डी कमाई, तो दूजा ला दिओ आवण जाणे खेल मलाया बनाया, ये सब्जेक्ट नहीं रलेगा। ये कीर्तन दियां 17 मर्यादा ने, छेवें पातशाह ने बनाई दसियां। और रविंद्र नाथ टैगोर पूरन प्रोफेसर पूरन सिंह की कहना भी अब मेरा चोरी का फुरना जी समझिया नहीं। कहते कुछ रागी ऐसे हैं, उन्होंने फिर ना बोले रागी समुंद सिंह, रागी हीरा सिंह, उस वेले एक होर ने मैनू भुल गए है। कहते जो ये एक सब्जेक्ट पर कीर्तन करते पूरा जोड़ देते हैं, कहते एहोजे रागी जो कीर्तन कर रहे होंगे ना तो मेरा चोरी का फुरना बन जाता है। इन रागियों को चोरी करके दिल्ली नाल ही ले जाऊं, आखो साधना बंगाल नाल ही ले जाऊं, कह दो गज के साधना है। चोरी का फुरना पर है चंगा, कह दो गज के साधना भी इन्हों को इन्ना रासे नाल ही ले जाए। इन्हू की कहोगे नहीं कहोगे घर घर बाबा गावी है। जिन्हियां संगतां अज दा जिन्ना कीर्तन होया है वड़ियाई ते ऐसा गुर ते हुण 5 मिंट किसे नहीं उठना, 5 भी नहीं मतलब 3 मिंट। ये कीर्तन दा निचोड़ 3 मिंट च सांझा करना है, ते फिर तुसी ये भाई मती दास सेवा सोसाइटी नूं सीसां देणी है। मेरे को ते गिणन वेले भुल जाता भी यह की कर रहे हैं। विधवा बीबिया का केंद्र इन्होंने खोलिया, विद्या का केंद्र इन्होंने खोलिया, वर्दियां ये दे रहे हैं, एजुकेशन 350 बच्चे ये जेडे आईलैट्स या होर औखे सब्जैक्ट वह भी, होर भी जेडे धार्मिक लैवल के भी बच्चे वह भी, तो नाल जरा लिखती पेपर होया जिद पता नहीं कि 800-900 बच्चे ने भाग लिया, उन्हें जो जे फस्ट सैकंड थर्ड वह भी। एक कीर्तन तो बाद सिर्फ 8-9 मिनट का प्रोग्राम है, उन्होंने माण सन्मान जड़िया बच्चों ने लिखती पेपर या होर। और भाई जसविंदर सिंह पटियाले वाले और ये साडे हेमकुंड साहब जी तो आए हुए हैड ग्रंथी ज्ञानी मिलाप सिंह जी, जिन्होंने चौपाई साहब जी के पाठ के विचार थोड़े न साझिया कीतिया, इन्हों का भी भाई जसविंदर सिंह पटियाले वालों का भी, और हरिंदरपाल सिंह जो दिल्ली कमेटी वालों का भी, और इस तो अलावा तुहाड़ियां संगतां का भी। ये भाई मती दा सेवा सोसाइटी नूं इत्थों दा जिहड़ा अस्थान दे महापुरश ने वीर जी संत अमरदीप सिंह जी, उन्हों का भी पूरा प्यार, ये सारिआं दा प्यार इन्हां नूं प्राप्त है, तां ही कोई चल पाता है। आखो सतनाम। हुण एक मिनट सारे निचोड़ लैणा जी, फिर आनंद साहब तो पहला 7-8 मिनट की स्टेज सत्कार माण कुछ बीबियां नूं सूट, सिर्फ इतने 5-5 बाकी सारिआं नूं बाहर ही देने हैं, कोई सारिआं नूं नहीं इतने बुलाउणा। एक बार कह दिओ जरा प्यार ना जी, घर घर बाबा गावीए, घर घर बाबा गावीए, बड़ा बोलो हां जी, घर घर बाबा गावीए, घर घर बाबा गावीए, हर मन तन वसिया सोई,
हर मन तन वसिया सोई जय जयकार करे सब कोई गुरपुरे की वडियाई गुरपुरे की वडियाई ताकि कीमत कहीं न जाई हर मन तन वसिया सोई जय जयकार करे सब कोई कर कर बाबा गाविए कर कर बाबा गाविए एक पंक्ति और अगे आई जी सब्जेक्ट सबना का मां प्यो आप है सबना का मां प्यो आप है गुरु नानक सबना का मां प्यो आप है आपे सार करे आपे सार करे कर कर बाबा गाविए कर कर बाबा गाविए भेड़ों कर कर बाबा गाविए वजन ताल मृदंग बाबा ऐसा गुर बड़भागी पाया पाया ऐसा गुर बड़भागी पाया पाया ऐसा गुर बड़भागी पाया बोलो जी ऐसा गुर बड़भागी सब्जेक्ट सारा चलिया है एदा निचोड़ की है किसे नूं माड़ा नहीं कहना पर इत्थे एक खाना रखना है गुरु नानक तेरे तो परे कोई नहीं तेरे तो वड्डा कोई नहीं तेरे तो परे कोई नहीं एक मिनट की गल है फिर ਜਿਵੇਂ ਅਗਲਾ ਕਾਰਜ ਪਟਿਆਲੇ ਤੋਂ ਮੈਨੂੰ ਫੋਨ ਆਇਆ ਕਿਸੇ ਬੱਚੀ ਦਾ ਉਹਨੂੰ ਬਵਾਸੀਰ ਦੀ ਪ੍ਰੋਬਲਮ ਸੀ ਮੈਨੂੰ ਕਹਿਣ ਲੱਗੀ ਵੀਰ ਜੀ ਬਵਾਸੀਰ ਦੀ ਮੈਨੂੰ ਪ੍ਰੋਬਲਮ ਹੈ ਅਤੇ ਪਟਿਆਲੇ ਦੇ ਵਿੱਚ ਕੋਈ ਬਵਾਸੀਰ ਦੀ ਦਵਾਈ ਦਿੰਦਾ ਉਹ ਕਹਿੰਦਾ ਵੀ ਦੋ ਮਹੀਨੇ 'ਚ ਠੀਕ ਹੋ ਜਾਓਗੇ ਦਵਾਈ ਖਾ ਮੈਂ ਕਿਹਾ ਦੱਸੋ ਕੀ ਪੁੱਛਣਾ ਕੀ ਜਾਂਦੇ ਤੁਸੀਂ ਗੱਲ ਧਿਆਨ ਨਾਲ ਸੁਣਿਓ ਉਹ ਮੈਨੂੰ ਕਹਿੰਦੀ ਵੀ ਪਟਿਆਲੇ ਵਿੱਚ ਹੀ ਇੱਕ ਹੋਰ ਸਰੀਰ ਦਵਾਈ ਦਿੰਦਾ ਉਹ ਕਹਿੰਦਾ ਮੇਰੀ ਦਵਾਈ ਖਾਓ ਮਹੀਨੇ 'ਚ ਠੀਕ ਹੋ ਜਾਓਗੇ ਅਤੇ ਇੱਕ ਸ਼ਰਤ ਰੱਖਦਾ ਵੀ ਮੇਰੀ ਦਵਾਈ ਨਾਲ ਮਹੀਨੇ 'ਚ ਠੀਕ ਹੋ ਜਾਓਗੇ ਪਰ ਇੱਕ ਤਵੀਤ ਦਿਆਂਗਾ ਉਹ ਗੱਲ 'ਚ ਮਹੀਨਾ ਪਾਉਣਾ ਪਏਗਾ ਆਖੋ ਸਾਧਨਾ ਹਾਂ ਮੈਨੂੰ ਉਹ ਕਹਿਣ ਲੱਗੀ ਵੀ ਤੁਸੀਂ ਦੱਸੋ ਹੁਣ ਮੈਂ ਉਹਦੇ ਕੋਲ ਲਵਾਂ ਕਿ ਉਹਦੇ ਕੋਲ ਹੈ ਉਹ ਸਿੱਖ ਧਰਮ ਨਾਲ ਰਿਲੇਟਡ ਬੱਚੀ ਵੀ ਉਹ ਤਵੀਤ ਦਿੰਦਾ ਪਾ ਲਵਾਂ ਅਤੇ ਮਹੀਨੇ 'ਚ ਰਾਜੀ ਅਤੇ ਦੂਜਾ ਕਹਿੰਦਾ ਵੀ ਦੋ ਕੁ ਮਹੀਨੇ ਖਾਣੀ ਪਏਗੀ ਅਤੇ ਮੈਂ ਫੋਨ ਸੁਣਦੇ ਸੁਣਦੇ ਸੋਚਿਆ ਮੈਂ ਕਿਹਾ ਲੋਕ ਸਾਨੂੰ ਮੋਹਰਾ ਬਣਾਉਂਦੇ ਆ ਮੈਂ ਵੇਖਾਂ ਆਪ ਕਿਤੇ ਖੜੀ ਹੈ ਮੈਂ ਉਹਦੇ 'ਤੇ ਉਲਟਾ ਗੱਲ ਛੱਡਦੀ ਮੈਂ ਕਿਹਾ ਭੈਣ ਜੀ ਤੁਹਾਡਾ ਕੀ ਮਨ ਹੈ ਆਖੋ ਸਤਨਾਮ ਤੁਸੀਂ ਆਪਣਾ ਮਨ ਦੱਸੋ ਪਹਿਲੇ ਕੀ ਹੈ ਅਤੇ ਸੁਣਿਓ ਗੱਲ ਮੈਂ ਕਿਹਾ ਤੁਹਾਡਾ ਮਨ ਕੀ ਹੈ ਅਤੇ ਉਹਨੇ ਇੱਕ ਗੱਲ ਕਹੀ ਕਹਿੰਦੀ ਮੇਰਾ ਮਨ ਤਾਂ ਇਹ ਹੈ ਬੇਸ਼ੱਕ ਦੋ ਮਹੀਨੇ ਲੱਗਦੇ ਅਤੇ ਦੋ ਲੱਗ ਜਾਣ ਪਰ ਮੇਰੇ ਸਰੀਰ 'ਤੇ ਅਗਰ ਨਜ਼ਰ ਆਉਣ ਅਤੇ ਬਾਜਾਂ ਵਾਲੇ ਦੇ ਕਕਾਰ ਨਜ਼ਰ ਆਉਣ ਕਿਸੇ ਗੈਰ ਦਾ ਤਵੀਤ ਨਾ ਨਜ਼ਰ ਆਵੇ ਉਹ ਬੱਚੀ ਨੇ ਕਿਹਾ ਮੈਂ ਉਹਦਾ ਵਿਊ ਵੇਖ ਲਿਆ ਜਦੋਂ ਉਹਨੇ ਕਿਹਾ ਨਾ ਵੀ ਮੇਰਾ ਮਨ ਤਾਂ ਇਹ ਹੈ ਵੀ ਕਿਸੇ ਗੈਰ ਦਾ ਤਵੀਤ ਨਹੀਂ ਮੇਰੇ ਨਜ਼ਰ ਆਉਣ ਅਤੇ ਬਾਜਾਂ ਵਾਲੇ ਦੇ ਕਕਾਰ ਨਜ਼ਰ
ਜਦੋਂ ਮੈਂ ਉਹਦਾ ਇਹ ਮਨ ਪੜ੍ਹ ਲਿਆ ਫਿਰ ਮੈਂ ਫੋਨ 'ਤੇ ਜਗਾਰਾ ਬੁਲਾਤਾ, ਮੈਂ ਕਿਹਾ ਬੱਚੀਏ ਵਾਹ ਵਾਹ, ਆਹ ਵਿਲ ਪਾਵਰ ਚਾਹੀਦੀ ਹੈ, ਆਹ ਚਾਹੀਦੀ ਹੈ, ਗੁਰੂ ਨਾਨਕ ਤੇਰੇ ਤੋਂ ਵੱਡਾ ਕੋਈ ਨਹੀਂ। ਮੈਂ ਕਿਹਾ ਫਿਰ ਤੂੰ ਦਵਾਈ ਉਹਦੇ ਕੋਲੋਂ ਹੀ ਲੈ, ਜਿਹੜਾ 2 ਮਹੀਨੇ ਬਾਅਦ ਕਹਿੰਦਾ ਰਾਜੀ ਹੋ ਜਾਓਗੇ ਅਤੇ 1 ਸੁਖਮਨੀ ਸਾਹਿਬ ਵਧਾ ਦੇਈਂ, ਜੇ ਗੁਰੂ ਨਾਨਕ ਨੇ ਚਾਹਿਆ ਤਾਂ 2 ਵਾਲਾ ਕੰਮ ਮਹੀਨੇ 'ਚ ਹੋ ਜਾਊ। ਆਖੋ ਸਤਨਾਮ। ਹਾਂ, ਇਹ ਤੁਹਾਡੀ ਲਾਈਫ 'ਚ ਇਸ ਤਰ੍ਹਾਂ ਦੇ ਕਈ ਵਾਰੀ ਸਮੇਂ ਆਉਂਦੇ ਨੇ, ਉਹ ਵਾਹਿਗੁਰੂ ਜਾਣੇ ਉਹ ਚੈੱਕ ਕਰਦਾ ਜਾਂ ਕੀ ਚੱਕਰ ਹੈ, ਅਤੇ ਉਸ ਵੇਲੇ ਹੋਮੇ ਵੀ ਨਹੀਂ ਵਿਖਾਉਣੀ। ਮੈਂ ਬੜਾ ਇੰਜ ਨਿਮਰਤਾ ਵਿੱਚ ਰਹਿਣਾ ਵੀ ਗੁਰੂ ਨਾਨਕ ਦੇ ਵੇੜੇ 'ਚ ਹੈ। ਆਖੋ ਸਤਨਾਮ। ਰਹਿਣਾ ਵੀ ਗੁਰੂ ਗ੍ਰੰਥ ਸਾਹਿਬ ਦੇ ਵੇੜੇ 'ਚ ਹੈ, ਗੁਰਬਾਣੀ ਦੇ। ਅੱਜ ਦਾ ਸਬਜੈਕਟ ਇਹ ਹੈ ਕਿ ਤੇਰੇ ਤੋਂ ਪਰੇ ਕੋਈ ਨਹੀਂ, ਚੰਗੇ ਸਾਰੇ ਤੇਰੇ ਤੋਂ ਪਰੇ ਕੋਈ ਨਹੀਂ, ਇਹ ਅੱਜ ਦਾ ਸਬਜੈਕਟ ਘਰ ਲੈ ਕੇ ਜਾਣਾ। ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਮਿਹਰ ਕਰਨ। ਇੱਕ ਯਤਨ ਹੁੰਦਾ ਕਿ ਕਥਾ ਬਹੁਤੀ ਔਖੀ ਨਾ ਕੀਤੀ ਜਾਵੇ, 10 ਸਾਲ ਦਾ ਬੱਚਾ ਵੀ ਬੈਠਾ ਹੋਵੇ ਉਹਨੂੰ ਵੀ ਪਤਾ ਲੱਗੇ ਕਥਾ ਕੀ ਹੋਈ ਹੈ। ਆਖੋ ਸਤਨਾਮ। ਅੱਜ ਦੇ ਕੀਰਤਨ ਦਾ ਨਿਚੋੜ ਕੀ ਹੈ, ਅਤੇ ਆਸ ਹੈ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ 'ਤੇ ਮਿਹਰ ਕਰੇ। ਇਹ ਜ਼ਰੂਰ ਭਾਈ ਮਤੀ ਦਾਸ ਜੀ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਦੀ ਅਰਦਾਸ ਕਰਕੇ ਜਾਇਓ। ਆ ਭਾਅ ਜੀ ਹਰਿੰਦਰਪਾਲ ਸਿੰਘ ਜੀ ਵੀ ਉੱਤੇ ਚਾਹ ਪੀ ਰਹੇ ਸੀ, ਇਹਨਾਂ ਨੇ ਵੀ ਚਲੋ ਜਿਹੜਾ ਇਹਨਾਂ ਦਾ ਕੋਟਾ ਹੁੰਦਾ ਦਿੱਲੀ ਕਮੇਟੀ 'ਚ, ਉਹਦੇ ਵਿੱਚੋਂ ਵੀ 31,000 ਦਾ ਚੈੱਕ ਇਸ ਸਾਰੇ ਸਮਾਗਮਾਂ ਲਈ ਆਪਣਾ ਪਿਆਰ। ਇੱਕ ਅੰਦਰੋਂ ਬੜੀ ਖੁਸ਼ੀ ਕਿ ਜਿਸ ਢੰਗ ਨਾਲ ਇਹ ਸਾਰਾ ਭਾਈ ਮਤੀ ਦਾ ਸੇਵਾ ਸੁਸਾਇਟੀ ਸੇਵਾ ਨਿਭਾ ਰਿਹਾ, ਐਜੂਕੇਸ਼ਨ ਨੂੰ ਵੀ ਲੈ ਕੇ ਚੱਲ ਰਹੇ, ਪੂਰ ਲੋਕਾਂ ਨੂੰ ਵੀ ਲੈ ਕੇ ਚੱਲ ਰਹੇ ਨੇ, ਅਤੇ ਨਾਲ ਜਿਹੜਾ ਧਾਰਮਿਕ ਕਾਰਜ ਨੇ ਉਹਨਾਂ ਨੂੰ ਵੀ ਲੈ ਕੇ ਚੱਲ ਰਹੇ ਨੇ। ਅਰਦਾਸ ਕਰਿਓ ਇਹ ਇਸੇ ਤਰ੍ਹਾਂ ਭੈਣ ਜੀ ਜਗਜੀਤ ਕੌਰ ਅਤੇ ਸਾਰੀਆਂ ਸਹਿਯੋਗੀ ਬਾਹਾਂ ਮਹਾਰਾਜ ਜੀ ਕਿਰਪਾ ਕਰਨ, ਇਹਨਾਂ ਕੋਲੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਆ ਹੁਣ ਮੈਂ ਬੇਨਤੀ ਕਰਾਂਗਾ ਸੈਕਟਰੀ ਸਾਹਿਬ, ਜਿਵੇਂ ਅਗਲਾ ਪ੍ਰੋਗਰਾਮ ਆ ਬੀਬੀ ਉਹ ਹੁਣ 2 ਮਿੰਟ ਬਹਿ ਜਾਓ, 2 ਮਿੰਟ ਬਹਿ ਜਾਓ, 2 ਮਿੰਟ ਲੱਗਣੇ, ਬਹਿ ਜਾਓ, ਬਹਿ ਜਾਓ, ਸੰਗਤ ਨਾਲ ਹੀ ਤਾਂ ਰੌਣਕ ਹੈ। ਆਖੋ ਸਤਨਾਮ। ਅਤੇ 2 ਮਿੰਟ ਬਹਿ ਜਾਓ, ਇਹ ਜ਼ਰੂਰੀ ਹੈ। ਦੇਖੋ ਆਸ ਆ ਬੱਚੇ ਬੈਠੇ ਸਾਹਮਣੇ, ਫਸਟ ਸੈਕਿੰਡ ਥਰਡ ਵਾਲੇ, ਇਹਨਾਂ ਨੇ ਲਿਖਤੀ ਪੇਪਰ ਵਿੱਚ ਕਿਵੇਂ ਕਿਵੇਂ ਹਾਜ਼ਰੀਆਂ ਲਵਾਈਆਂ, ਉਹ ਸਾਹਮਣੇ ਆਉਣੇ, ਉਹਨਾਂ ਨੂੰ ਸੀਸ ਮਿਲੇ। ਇੱਕ ਆ ਚਿੱਪ ਹੈ ਜੀ, 4 ਵਾਰੀ ਵਾਹਿਗੁਰੂ, 2 ਵਾਰੀ ਧੰਨ ਗੁਰੂ ਨਾਨਕ ਦੇਵ ਜਾਪ, ਇਹ 24 ਘੰਟੇ ਚਲਾਓ, 24 ਘੰਟੇ ਚੱਲ ਸਕਦਾ। ਸਾਈਡ 'ਤੇ ਬਟਨ ਨੇ, 2 ਜਾਪ ਹੋਰ ਨੇ ਵਿੱਚ, ਇਹ ਬਾਹਰ ਸਟਾਲ ਲੱਗਾ, ਆਪ ਜੀ ਪ੍ਰਾਪਤ ਕਰ ਸਕਦੇ ਹੋ। ਇਹ 550 ਸਾਲਾਂ ਨੂੰ ਸਮਰਪਿਤ ਬਣਾਈਏ, 4 ਵਾਰੀ ਵਾਹਿਗੁਰੂ, 2 ਵਾਰੀ ਧੰਨ ਗੁਰੂ ਨਾਨਕ ਦੇਵ ਜੀ ਜਾਪ, ਸਾਰਾ ਦਿਨ ਚੱਲ ਸਕਦਾ। ਨਾਲ ਪੈਨ ਡਰਾਈਵ ਦੇ ਨੰਬਰ ਬਾਹਰ ਪਏ ਨੇ, ਔਰ ਇਹ ਦਿੱਲੀ ਦੀਆਂ ਬੀਬੀਆਂ ਰਸੋਈਆਂ 'ਚ ਬੜਾ ਹੀ ਲਾ ਰਿਹਾ, ਰਸੋਈਆਂ 'ਚ ਵੀ ਉੱਥੇ ਰਸੋਈ 'ਚ ਨਰਮ ਜਿਹਾ ਚੱਲਦਾ ਰਹੇ, ਅਤੇ ਖੇਚਲ ਵੀ ਬਹੁਤੀ ਨਹੀਂ, ਕੰਨ ਵੀ ਪਵਿੱਤਰ, ਅੰਨ ਵੀ ਪਵਿੱਤਰ, ਮਨ ਵੀ ਪਵਿੱਤਰ। ਆਖੋ ਸਤਨਾਮ। ਇਹ ਜਿਹਨੂੰ ਬਾਹਰ ਲੋੜ ਹੋਵੇ ਕੋਈ ਬਿਜ਼ਨਸ ਨਾਲ ਨਹੀਂ, ਇਹ ਘਰ ਘਰ ਵਿੱਚ ਸਾਰਾ ਦਿਨ ਗੁਰੂ ਨਾਨਕ ਦਾ ਨਾਂ ਗੂੰਜਦਾ ਰਹੇ, ਵਾਹਿਗੁਰੂ ਗੁਰੂ ਨਾਨਕ, ਇਹ ਗੁਰੂ ਨਾਨਕ ਵਾਹਿਗੁਰੂ, ਇਸ ਭਾਵਨਾ ਨਾਲ। ਹੁਣ ਫਤਿਹ ਢਿੱਲੀ ਨਾ ਬੁਲਾਇਓ, ਸਾਰੇ ਗੱਜ ਕੇ ਬੁਲਾਇਓ ਫਤਿਹ। ਹੁਣ ਤੁਹਾਡੇ ਤੋਂ ਬਾਅਦ ਇੱਕ ਜਗ੍ਹਾ ਤੋਂ ਹੋ ਕੇ ਫਿਰ ਅੰਮ੍ਰਿਤਸਰ ਵਾਪਸੀ ਹੈ, ਅਤੇ ਆ 1 ਮਿੰਟ ਬਹਿ ਜਾਓ ਭੈਣ ਜੀ, ਬਹਿ ਜਾਓ, ਸਾਰੇ ਬਹਿ ਜਾਓ, ਆਪਾਂ ਉੱਠਣ ਨਹੀਂ ਦੇਣਾ ਪਿਆਰ ਵਿੱਚ, ਕਿਉਂਕਿ ਇਹ ਮੈਨੂੰ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੈ ਕਿ ਜਿਹੜਾ ਸਿੱਖ ਸੰਗਤ ਵਿੱਚ ਆ ਕੇ ਗੁਰਦੁਆਰੇ ਦੀ ਰੌਣਕ ਵਧਾਉਂਦਾ, ਗੁਰੂ ਨਾਨਕ ਦੇ ਘਰ ਦੀ ਰੌਣਕ ਵਧਾਉਂਦਾ, ਗੁਰੂ ਨਾਨਕ ਉਹਦੇ ਘਰ ਦੀ ਰੌਣਕ ਵਧਾਉਂਦਾ। ਕਹਿ ਦਿਓ ਗੱਜ ਕੇ ਸਤਨਾਮ। ਇਸੇ ਤਰ੍ਹਾਂ ਟਿਕਾਓ ਬਣਿਆ ਰਹੇ। ਵੇਖੋ ਕਿੰਨੇ ਮਹੀਨਿਆਂ ਤੋਂ ਇਹਨਾਂ ਦੀ ਤਿਆਰੀ ਹੈ, ਰੀਝਾਂ ਨੇ, ਅਤੇ ਹੁਣ ਭਾਅ ਜੀ ਸੈਕਟਰੀ ਸਾਹਿਬ ਜੀ ਵਾਰੀ ਵਾਰੀ ਪੂਰੇ ਸ਼ੋਰਟ ਟਾਈਮ ਦੇ ਵਿੱਚ ਜੋ ਜੋ ਅਗਲੇ ਕਾਰਜ ਉਪਰਾਲਿਆਂ ਬਾਰੇ ਨਾਲ ਦੱਸੀ ਜਾਣਗੇ, ਨਾਲ ਸਤਿਕਾਰ ਦਿੱਤੇ ਜਾਣਗੇ। ਫਤਿਹ ਢਿੱਲੀ ਨਾ ਬੁਲਾਇਓ, ਗੱਜ ਕੇ ਸੀਸ ਦਿਓ ਜਥੇ ਨੂੰ। ਮੈਂ ਕੋਈ ਰਾਗੀ ਬਣ ਕੇ ਨਹੀਂ ਬਹਿੰਦਾ, ਆਪ ਜੀ ਵੱਡੇ ਹੋ, ਮਾਂ ਬਾਪ ਹੋ, ਪਰਮੇਸ਼ਰ ਰੂਪ ਹੋ, ਸੰਗਤ ਆਪ ਜੀ ਸੰਗਤ ਮਹਾਨ ਨੇ, ਅਤੇ ਅਸੀਸ ਦੇ ਦਿਓ, ਅਗਲੇ ਸਫ਼ਰ ਅਗਲੇ ਦੀਵਾਨ ਨਿਭ ਜੇ ਸਾਡੀ ਵੀ ਪਿਆਰੇ ਨਾਲ, ਘਰੇਲੂ ਤੌਰ 'ਤੇ, ਸੰਸਥਾਵਾਂ ਤੌਰ 'ਤੇ, ਜਿੱਥੇ ਜਿੱਥੇ ਕਾਰਜ ਚੱਲ ਰਹੇ ਮਾਰੇ ਪੜਦੇ ਕੱਜਣ, ਦਿਓ ਸੀਸਾਂ ਸਾਰੇ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।